ਸਸਤੀ ਕਾ ਮੇਰੇ ਸਾਰੇ ਦੋਸਤੋ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਐਮ ਐਸ ਵਾਰਡ ਜਿਹੜਾ ਐਮ ਐਸ ਵਾਰਡ ਦਾ ਚੈਪਟਰ ਹੈਗਾ ਇਹ ਸਾਰੇ ਇਗਜ਼ਾਮਾਂ ਵਾਸਤੇ ਜਿੰਨੇ ਵੀ ਆਪਣੇ ਪੰਜਾਬ ਦੇ ਵਿੱਚ ਇਗਜ਼ਾਮ ਹੋਣੇ ਆ ਚਾਹੇ ਉਹ ਸੁਪਰਵਾਈਜ਼ਰ ਦਾਗਾ ਚਾਹੇ ਉਹ ਪੰਜਾਬ ਪੁਲਿਸ ਦਾ ਚਾਹੇ ਪੰਜਾਬ ਪੁਲਿਸ ਕਾਂਸਟੇਬਲ ਦਾ ਐਸ ਆਈ ਦਾ ਠੀਕ ਹੈ ਕੋਈ ਵੀ ਇਗਜ਼ਾਮ ਆਪਣੇ ਪੰਜਾਬ ਦਾ ਸਾਰਿਆਂ ਵਾਸਤੇ ਪੁੱਤਰੋ ਸਿਲੇਬਸ ਸੇਮ ਹੈ ਤੁਹਾਨੂੰ ਮੈਂ ਬਹੁਤ ਵਾਰ ਦੱਸਿਆਗਾ ਇਹ ਨਾ ਸਮਝਿਆ ਕਰੋ ਕਿ ਇਹ ਪੁਲਿਸ ਵਾਸਤੇ ਮੈਂ ਨਾਲ ਇਹ ਵੀ ਲਿਖਦਾ ਹੁੰਦਾ ਕਿ ਪੰਜਾਬ ਪੁਲਿਸ ਐਂਡ ਆਲ ਇਗਜ਼ਾਮ ਪੰਜਾਬ ਠੀਕ ਹੈ ਇਹ ਤੁਹਾਨੂੰ ਕਿੰਨੇ ਵੇ ਦੱਸਿਆ ਕਿ ਇਹ ਤਾਂ ਕਿਸੇ ਬੰਦੇ ਦੇ ਜਰੀਆ ਹੁੰਦਾ ਮੰਨ ਲਓ ਮੈਂ ਹੁਣ ਮੰਨ ਲਓ ਪੀਡ ਕੋਰਸ ਸ਼ੁਰੂ ਕਰ ਲਿਆ ਮੈਂ ਤੁਹਾਨੂੰ ਕਹਿੰਦਾ ਕਿ ਪੰਜਾਬ ਪੁਲਿਸ ਵਾਲਾ ਬੈਚ ਆਹਾ ਐਸਆਈ ਵਾਲਾ ਬੈਚ ਆਹਾਗਾ ਕਲਰਕ ਵਾਲਾ ਬੈਚ ਆਹਾਗਾ ਤੁਸੀਂ ਇੱਧਰ ਦੇ ਬੱਚੇ ਉੱਧਰ ਵੀ ਪੈਸੇ ਦੇਦੋਂਗੇ ਉੱਧਰ ਵੀ ਪੈਸੇ ਦੇਦੋਂਗੇ ਉੱਧਰ ਵੀ ਪੈਸੇ ਦੇਦੋਂਗੇ ਪਰ ਠੀਕ ਹੈ ਪਰ ਸਲੇਵਸ ਸਾਰੇ ਦਾ ਸੇਮ ਹੁੰਦਾਗਾ ਤਾਂ ਕਰਕੇ ਸਾਰੇ ਬੱਚਿਆਂ ਨੂੰ ਵੀ ਬੇਨਤੀ ਹੈ ਕਿ ਭਾਈ ਜਿਹੜਾ ਵੀ ਪੜਨਾਗਾ ਸ਼ੌਂਕ ਨਾਲ ਪੜੋ ਰਿਜ਼ਲਟ ਤੁਹਾਨੂੰ ਮਿਲ ਚੁੱਕਿਆਗਾ ਇੱਕ ਦੋ ਬੱਚੇ ਵਿੱਚ ਕਮੈਂਟ ਕਰਦੇ ਸੀ ਕਿ ਜੀ ਮਤਲਬ ਗਲਤ ਉਹ ਕਰਦੇ ਸੀ ਠੀਕ ਹੈ ਤੇ ਜਿਹੜਾ ਬੱਚਾ ਇਹੋ ਜਿਹਾ ਕਮੈਂਟ ਕਰਦਾ ਹੁੰਦਾਗਾ ਠੀਕ ਹੈ ਸਾਰੀ ਉਹ ਬੰਦੇ ਕੁਝ ਬਣ ਸਕਦਾ ਉਹ ਠੀਕ ਹੈ ਹਜ਼ਾਰ ਕਮੈਂਟਾਂ ਵਾਂਗ ਇੱਕ ਕਮੈਂਟ ਗਲਤ ਵਾਲਾ ਤਾਂ ਹੁੰਦੀ ਹੈਗਾ ਉਹ ਇਹ ਨਹੀਂ ਪਤਾ ਕਿਹੜਾ ਹੁੰਦਾਗਾ ਕੌਣ ਨਹੀਂ ਹੈਗਾ ਪਰ ਇਹਨਾਂ ਪਤਾ ਕਿ ਜਿਹੜਾ ਇਹ ਜਿਹਾ ਬੰਦਾ ਕੋਈ ਗਲਤ ਕਮੈਂਟ ਕਰ ਤੋ ਕਦੇ ਵੀ ਜ਼ਿੰਦਗੀ ਸਕਸੈਸ ਨਹੀਂ ਪਾਉਦਾ ਓਕੇ ਤੇ ਆਪਾਂ ਇਹ ਹੀ ਗੱਲ ਕਰਦੇ ਆ ਭਈ ਲੈਕਚਰ MS Word ਦਾ ਅਜੇ ਤੱਕ ਕਿਸ ਨੇ ਤੁਸੀਂ ਇਹ ਜਿਹੜਾ ਇੰਨਾ ਸੌਖਾ ਲੈਕਚਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਅਜੇ ਤੱਕ ਲਾਇਆ ਹੋਊਗਾ ਨਹੀਂ ਕਿਸੇ ਨੇ ਲਾਉਣਾ ਕਿਉਂਕਿ ਮੈਨੂੰ ਪਤਾ ਕਿ ਮੈਂ ਆਪਾਂ ਮੈਂ ਹੈਗਾ ਪਿੰਡ ਵਾਲਾ ਠੀਕ ਹੈ ਮ ਆਪਾਂ ਪਿੰਡਾਂ ਵਾਲੇ ਆਪ ਨੂੰ ਪਤਾ ਹੁੰਦਾ ਕਿ ਬੱਚਾ ਜਿਹੜਾ ਪਿੰਡਾਂ ਦਾ ਬੱਚਾ ਉਹ ਕਿੱਥੇ ਕਮਜ਼ੋਰੀ ਆਉਦੀ ਕਿ ਕਿੱਥੇ ਉਹਦੀ ਕਮਜ਼ੋਰੀ ਜਾਂਦੀ ਹੈ ਜਿਹੜੇ ਬੱਚਾ ਨੂੰ ਮੈਨੇ ਗੱਲਾਂ ਤੋਂ ਅਲਰਜੀ ਹੈ ਵਿੱਚ ਕਹਿੰਦੇ ਸੱਚ ਜਿਹੜੀਆਂ ਗੱਲਾਂ ਵਾਲੀਆਂ ਕਰ ਦਿਓ ਉਹ ਸਕਿਪ ਕਰ ਦਿਆ ਕਰੋ ਪੜੇ ਲਿਖੇ ਹੈਗੇ ਉਹ ਜਿਹੜਾ ਬਸ ਸਕਰੀਨ ਤੇ ਦੋ ਵਾਰੀ ਕਲਿੱਕ ਕਰਾਂਗੇ ਨਾ ਵੀਡੀਓ 10 ਮਿੰਟ ਸਕਿੰਟ ਅੱਗੇ ਵਗ ਜਾਂਦੀ ਹੁੰਦੀ ਹੈ ਠੀਕ ਹੈ ਤੇ ਤਾਂ ਕਰਕੇ ਆਪਾਂ ਪਿੰਡਾਂ ਦੇ ਵਿੱਚੋਂ ਪੜੇ ਹੋਏ ਆ ਠੀਕ ਹੈ ਆਪ ਨੂੰ ਪਤਾ ਕਿ ਕਿਸੇ ਬੰਦੇ ਦੀ ਕੀ ਮਜਬੂਰੀ ਹੁੰਦੀ ਹੈ ਕਿਵੇਂ ਬੱਚਾ ਪੜਦਾ ਹੈ ਠੀਕ ਹੈ ਤੇ ਬਾਕੀ ਆਪਾਂ ਇੰਟ ਦੇ ਗੱਲਾਂ ਕਰਾਂਗੇ ਇਹ ਬਾਰੇ ਤੇ ਲੈਕਚਰ ਕਿਉਂਕਿ 20 ਮਿੰਟਾਂ ਦੇ ਵਿੱਚ ਦੋ ਲੈਕਚਰ ਲੱਗਣਗੇ MS Word ਦੇ ਠੀਕ ਹੈ ਤੇ ਜਿਹੜਾ ਵੀ ਕੁਝ ਕਰਾਊਗਾ ਦਿਮਾਗ ਦੇ ਵਿੱਚ ਇੱਕ ਤਰ੍ਹਾਂ ਘੋਲ ਕੇ ਪਾ ਦੋ ਸੋਡੇਵੇਂ ਠੀਕ ਹੈ ਦੇਖੋ ਜਿਹੜੀ ਜਿਹੜੀ ਦੱਸੂਗਾ ਉਹੀ ਯਾਦ ਕਰਨੀ ਐ ਐਕਸਟਰਾ ਕੁਝ ਵੀ ਯਾਦ ਨਹੀਂ ਕਰਨਾ ਥੋੜਾ ਦਿਮਾਗ ਦਾ ਮੈਂ ਜਮਾ ਨਹੀਂ ਖਰਚਾ ਕਰ ਦੇਣਾ ਬਸ ਇੱਕ ਕੰਮ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਬਸ ਬਾਕੀ ਮੈਂ ਜਾਣਾ ਮੇਰਾ ਕੰਮ ਜਾਣੇ ਦੇਖੋ ਕਹਿੰਦੇ ਜਿਹੜਾ MS Office ਤੁਸੀਂ MS Office ਬਾਰੇ ਸੁਣਿਆਗਾ MS Office ਹੁੰਦਾ ਜਿਹੜਾ ਸੁਣਿਆ ਘਾਵ ਤੋਂ ਤੇ MS Office ਇੱਕ ਸੂਟ ਹੈ ਇਹ ਇੱਕ ਸੂਟ ਹੈ ਜਿਵੇਂ ਕੱਪੜੇ ਦੇ ਪਾਉਂਦੇ ਹੁੰਦੇ ਆਪਾਂ ਇੱਕ ਮੇਰੀ ਡਰੈੱਸ ਆ ਠੀਕ ਹੈ ਕਿ ਸੂਟ ਹੈ ਇਹਦੇ ਤਿੰਨ ਪਾਰਟ ਆਗਾ ਜਾ ਕੇ ਐਮ ਐਸ ਵਰਡ ਦੇ ਮੇਨ ਹੈ ਤਾਂ ਪੰਜ ਪਰ ਅਪ ਤਿੰਨ ਮੇਨ ਕਰਾਂਗੇ ਕਦੇ ਨਹੀਂ ਪੁੱਛਿਆ ਜਾਂਦਾ ਐਮ ਐਸ ਆਫਿਸ ਦੇ ਕਿੰਨੇ ਪਾਰਟ ਆ ਕਦੇ ਨਹੀਂ ਪੁੱਛਿਆ ਜਾਂਦਾ ਹੁੰਦਾ ਠੀਕ ਹੈ ਐਮ ਐਸ ਆਫਿਸ ਦੇ ਵਿੱਚ ਤਿੰਨ ਮੇਨ ਪਾਰਟ ਆ ਤੇ ਇੱਕ ਤਾਂ ਹੈਗਾ ਐਮ ਐਕਸ ਵਰਡ ਇੱਕ ਹੁੰਦਾ ਐਮ ਐਸ ਐਕਸਲ ਇੱਕ ਹੁੰਦਾ ਐਮ ਐਸ ਪਾਵਰਪੁਆਇੰਟ ਠੀਕ ਹੈ ਤਿੰਨ ਚੀਜ਼ਾਂ ਹੁੰਦੀਆਂ ਨੇ ਠੀਕ ਹੈ ਬੇਸੇ ਮੈਂ ਬਤਰਾ ਬਹੁਤ ਘੱਟ ਗਲਤੀ ਦੀ ਗਜੈਸ ਕਰਦਾ ਹਾਂ ਬਹੁਤ ਘੱਟ ਗਲਤੀ ਹੋ ਜਾਂਦੀ ਹੈ ਮੈਥੋਂ ਕਦੇ-ਕਦੇ ਕਿਉਂਕਿ ਵੱਡੇ-ਵੱਡੇ ਟੀਚਰਾਂ ਤੋਂ ਹੋ ਜਾਂਦੀ ਹੈ ਗਲਤੀ ਮੈਂ ਤਾਂ ਫਿਰ ਵੀ ਕਿੱਡਾ ਕਰਾਂਗਾ ਠੀਕ ਹੈ ਵੱਡੇ ਬਟੋ ਗਲਤੀ ਹੋ ਜਾਂਦੀ ਹੈ ਉਹ ਜਿਹਨ ਮੈਂ ਇੰਡ ਨਾ ਕਰ ਰਹੂ ਮੈਂ ਅਗਲੀ ਵੀਡੀਓ ਦੇ ਵਿੱਚ ਆਉਂਦੀ ਜਿਸ ਸੁਧਾਰ ਲੰਨਾ ਹੁੰਦਾ ਹੈ ਕਿਉਂਕਿ ਮੈਂ ਆਫਲਾਈਨ ਪੜਾਉਂਦਾ ਰਹਾਂਗਾ ਆਫਲਾਈਨ ਤੇ ਆਨਲਾਈਨ ਪੜਾਉਣ ਦੇ ਵਿੱਚ ਦਿਨ ਰਾਤ ਦਾ ਫਰਕ ਹੈਗਾ ਓਕੇ ਦੇਖੋ ਪਰ ਮੈਂ ਬਹੁਤ ਘੱਟ ਗਲਤੀ ਦੀ ਗਜੈਸ ਹੋਊਗੀ ਜ਼ਿਆਦਾ ਨਹੀਂ ਦੇਖੋ ਐਮ ਐਸ ਆਫਿਸ ਦੇ ਤਿੰਨ ਪਾਰਟ ਹੁੰਦੇ ਆ ਮੇਨ ਕਿਹੜੇ ਐਮ ਐ MS PowerPoint MS Word ਦੇ ਵਿੱਚ ਕੀ ਹੁੰਦਾ ਇਹਦੇ ਵਿੱਚ ਤਿਆਰ ਹੁੰਦਾ ਹੈ ਡਾਕੂਮੈਂਟ ਦਿਮਾਗ 'ਚ ਬਿਠਾ ਲਓ ਗੱਲ MS Office ਦੇ ਵਿੱਚ ਤਿੰਨ ਪਾਰਟ ਹੈ MS Word MS Excel MS PowerPoint MS Word ਦੇ ਵਿੱਚ ਆਪਾਂ ਕੀ ਬਣਾਉਨੇ ਆ ਡਾਕੂਮੈਂਟ ਕੀ ਬਣਾਉਨੇ ਆ ਆਪਾਂ MS Word ਦੇ ਵਿੱਚ ਡਾਕੂਮੈਂਟ MS Excel ਦੇ ਵਿੱਚ ਕੀ ਬਣਾਉਨੇ ਆ ਆਪਾਂ ਸਪਰੈਡ ਸ਼ੀਟ ਸਪਰੈਡ ਸ਼ੀਟ ਕਿਹੜੀਆਂ ਹੁੰਦੀਆਂ ਜਿਹੜੇ ਆਪਣੇ ਸਰਟੀਫਿਕੇਟ ਨਹੀਂ ਬੰਦੇ ਤੁਹਾਡੇ ਬੀਏ ਦੇ ਸਰਟੀਫਿਕੇਟ ਆਏ ਹੋਣਗੇ 10ਵੀਂ ਦੇ ਸਰਟੀਫਿਕੇਟ ਆਏ ਹੋਣਗੇ 12ਵੀਂ ਦੇ ਸਰਟੀਫਿਕੇਟ ਆਏ ਹੋਣਗੇ ਜਿਹੜੇ ਸਾਰੇ ਸਰਟੀਫਿਕੇਟ ਬੰਦੇ ਆ ਉਹ ਆਪਣੇ ਬੰਦੇ ਐਮ ਐਸ ਐਕਸਲ ਦੇ ਵਿੱਚ ਪਾਵਰਪੁਆਇੰਟ ਪਾਵਰਪੁਆਇੰਟ ਦੇ ਵਿੱਚ ਪੀ ਤੋਂ ਪਾਵਰ ਯਾਦ ਕਰ ਲਓ ਪੀ ਤੋਂ ਯਾਦ ਕਰ ਲਓ ਪ੍ਰੈਜੈਂਟੇਸ਼ਨ ਕੀ ਯਾਦ ਕਰ ਲਓ ਪ੍ਰੈਜੈਂਟੇਸ਼ਨ ਪ੍ਰੈਜੈਂਟੇਸ਼ਨ ਦਾ ਮਤਲਬ ਤੁਸੀਂ ਪ੍ਰਿੰਟ ਟਾਈਮ 'ਚ ਮੂਵੀਆਂ ਦੇਖੀਆਂ ਹੋਣਗੀਆਂ ਤੇ ਮੰਮੀ ਜਿਹੜੀ ਨੇ ਮੂਵੀਆਂ ਦੇਖੀਆਂ ਹੋਣਗੀਆਂ ਆਪਣੇ ਚਾਚੇ ਦਾ ਰੇ ਮੁੰਡਿਆਂ ਨੇ ਦੇਖੀਆਂ ਹੋਣਗੀਆਂ ਇਹ ਤਾਂ ਉਹ ਵੱਡੇ ਸੀ ਜੋ ਬੀਸੀ ਆ ਦੇ ਕੇ ਐਸ਼ਟਾ ਬੰਦੀਆਂ ਹੁੰਦੀਆਂ ਸੀ ਉਦੋਂ ਮੂਰੇ ਨਹੀਂ ਫੋਟੋਆਂ ਘੁੰਮ ਘੁੱਕੇ ਜਾਂਦੀਆਂ ਹੁੰਦੀਆਂ ਸੀ ਆਪਣੇ ਗੀਤ ਜੇ ਲੱਗੇ ਹੁੰਦੇ ਸੀ ਉਹ ਸਾਰਾ ਕੰਮ ਐਮ ਐਸ ਪਾਵਰਪੁਆਇੰਟ ਦੇ ਵਿੱਚ ਹੁੰਦਾ ਹੁੰਦਾ ਸੀ ਤਿੰਨ ਚੀਜ਼ਾਂ ਕਲੀਅਰ ਹੋ ਗਈਆਂ ਠੀਕ ਹੈ ਤਿੰਨ ਚੀਜ਼ਾਂ ਕਲੀਅਰ ਹੋ ਗਈਆਂ ਹੋਣਗੀਆਂ ਆ ਕੁੱਕਰ ਦੀ ਛਿੱਟੀ ਵੱਜੀ ਜਾਂਦੀ ਆ ਭਾਈ ਸੌਂਦਾ ਨਹੀਂ ਰਹੀ ਸੋਨੂੰ ਦੇਖੋ ਐਮ ਐਸ ਆਫਿਸ ਐਮ ਐਸ ਆਫਿਸ ਜੇ ਕੋਈ ਬੱਚਾ ਡਿਸਟਰਬੈਂਸ ਹੋਂਦਾ ਮਾੜਾ ਮੋੜਾ ਸੇ ਪਾਸੇ ਤੋੜਾ ਥੋੜੀ ਮੋਟੀ ਬੱਚਾ ਜਸਟਮੈਂਟ ਕਰ ਲਓ ਠੀਕ ਹੈ ਮੇਰੀ ਵੀ ਮਜਬੂਰੀ ਆ ਹੁਣ ਮੈਂ ਵੀ ਆਪਣੇ ਰੋਟੀ ਖ MS ஆப्स MS ஆப्स ਚੰਨਪਾਰਟ ਹੈ MS Word MS Excel MS PowerPoint MS Word ਦੇ ਵਿੱਚ ਕੀ ਬੰਦੇ ਡਾਕੂਮੈਂਟ MS Excel ਦੇ ਵਿੱਚ ਬੰਦੇ ਸਪਰੈਡਸ਼ੀਟਾਂ ਤੇ MS PowerPoint ਚ ਹੁੰਦੀ ਹੈ ਪ੍ਰੈਜੈਂਟੇਸ਼ਨ ਠੀਕ ਹੈ ਬਸ ਚਲਦੇ ਹਾਂ ਹੁਣ ਆਪਾਂ ਵਧਦੇ ਅੱਗੇ ਹੁਣ ਆਪਾਂ MS Word ਬਾਰੇ ਹੀ ਗੱਲ ਕਰ ਰਹੇ ਹਾਂ ਅੱਜਕੱਲੀ ਕਹਿੰਦੇ MS ஆப्स ਜਿਹੜਾ ਇੰਟਰੋਡਿਊਸ ਕੀਤਾ ਸੀ ਕਿਹਨੇ ਬਣਾਇਆ ਸੀ MS Office MS ஆப्स ਬਣਾਇਆ ਸੀ ਭਾਈ Microsoft ਨੇ Microsoft ਦਾ ਮੁਖੀ ਕੋਹਣਾ ਸੀ ਟਾਈਮ ਦੇ ਵਿੱਚ ਸੱਤਿਆ ਨਡੇਲਾ ਠੀਕ ਹੈ ਤੇ 1990 ਦੇ ਵਿੱਚ ਇੰਟਰੋਡਸ ਕਰਾਇਆ ਸੀ ਜਿਹੜਾ ਵਿੰਡੋ ਸਿਸਟਮ ਬਣਾਇਆ ਸੀ ਇਹਨਾਂ ਨੇ ਐਮ ਐਸ ਆਫਿਸ ਦਾ ਐਪਲੀਕੇਸ਼ਨ ਸੌਫਟਵੇਅਰ ਬਹੁਤ ਬੜੀ ਪ੍ਰੇਸ਼ਨ ਆਇਆ ਪੇਪਰ ਦੇ ਵਿੱਚ ਬਿਲਕੁਲ ਸੋ ਇੱਥੇ ਉਹ ਜਾਣਨਗੇ ਉਹ ਕਿ ਜਿਹੜਾ ਐਮ ਐਸ ਆਫਿਸ ਹੈ ਜਾਂ ਐਮ ਐਸ ਵਰਡ ਹੈ ਜਾਂ ਐਮ ਐਸ ਪਾਵਰਪੁਆਇੰਟ ਹੈ ਜਾਂ ਐਮ ਐਸ ਐਕਸਲ ਕੀ ਹੈ ਇਹ ਥੱਲੇ ਲਿਖਿਆ ਹੋਊਗਾ ኦਪਰੇਟਿੰਗ ਸਿਸਟਮ ਹੈ 유ਟਿਲਿਟੀ ਸੌਫਟਵੇਅਰ ਹੈ ਕਿਹੜਾ ਸਾਫਟਵੇਅਰ ਤਾਂ ਇਹ ਪਈ ਹੈਗਾਗਾ ਐਪਲੀਕੇਸ਼ਨ ਸਾਫਟਵੇਅਰ ਐਪਲੀਕੇਸ਼ਨ ਸਾਫਟਵੇਅਰ ਉਹ ਹੁੰਦੇ ਜਿਹੜੇ ਕਿਸੇ ਸਪੈਸ਼ਲ ਪਰਪਸ ਵਾਸਤੇ ਬਣਾਏ ਜਾਂਦੇ ਉਹਨੂੰ ਆਪਾਂ ਕਹਿੰਦੇ ਨੇ ਐਪਲੀਕੇਸ਼ਨ ਸਾਫਟਵੇਅਰ MS Office MS Word MS PowerPoint MS Excel ਸਾਰੇ ਕੀ ਹੈ ਇੱਕ ਐਪਲੀਕੇਸ਼ਨ ਸਾਫਟਵੇਅਰ ਨੇ ਪੈ ਗਈ ਹੋ ਦਿਮਾਗ ਦੇ ਵਿੱਚ ਗੱਲ ਆਹ ਚੀਜ਼ ਕੁਝ ਵੀ ਯਾਦ ਕਰਨ ਦੀ ਲੋੜ ਨਹੀਂ ਆਹਾ ਮੈਂ ਤੁਹਾਨੂੰ ਸਿਰਫ ਇੱਕ ਸਮਝਾਉਣ ਦਾ ਤਰੀਕਾ ਦੱਸਦਾ ਕਿਨੇ ਜਿਹੜੇ ਇਸ ਦਾ ਕਨਸੈਪਟ ਸੀ MS Word ਦਾ ਕਨਸੈਪਟ ਜਿਹੜਾ ਹੈਗਾਗਾ ਉਹ ਦਿੱਤਾ ਗਿਆ BY SIW by G what you use she is what you get ਤੁਸੀਂ ਕੀ ਦੇਖਦੇ ਹੋ ਤੇ ਕੀ ਪ੍ਰਾਪਤ ਕਰਦੇ ਹੋ MS Word ਦੇ ਵਰਤੋਂ ਡਾਕੂਮੈਂਟ ਫਾਈਲ ਬਣਾਉਣ ਵਾਸਤੇ ਕੀਤੀ ਇਹਨੂੰ ਦੱਸਦਾ DOS ਇਹਦੀ ਫਾਈਲ ਦੀ ਨਿਸ਼ਾਨੀ ਕਿਹ ਹੁੰਦੀ ਆਪਾਂ ਨੂੰ ਕਿਵੇਂ ਪਤਾ ਲੱਗੂ ਤਿੰਨ ਚਾਰ ਫਾਈਲਾਂ ਰੱਖਤੀਆਂ ਆਪਣੇ ਮੂਰੇ ਆਪਾਂ ਨੂੰ ਕਿਵੇਂ ਪਤਾ ਲੱਗੂ ਇਹ ਆ MS Word ਦੀ ਫਾਈਲ ਹੈ ਜਿਹੜੀ MS Word ਦੀ ਫਾਈਲ ਹੋਊਗੀ ਉਹਦੇ ਮਗਰ ਡਾਕੂਮੈਂਟ ਲਿਖਿਆ ਹੋਊਗਾ ਤੇ ਜਿਹਦੇ ਮਗਰ DOS ਨਾਲ X ਲੱਗਿਆ ਹੋਇਆ ਤੁਸੀਂ ਸਮਝ ਲਓ ਕਿ ਇਹ ਤਾਂ 2007 ਤੋਂ ਬਾਅਦ ਦਾ ਵਰਜਨ ਆਇਆਗਾ ਤੇ 2007 ਤੋਂ ਪਹਿਲਾ ਦਾ ਵਰਜ਼ਨ ਮਗਰ ਡੀਓਸੀ ਲਿਖਿਆ ਹੋਊਗਾ ਜਿਹੜੇ 2007 ਤੋਂ ਬਾਅਦ ਦੇ ਆ 2007 ਦੇ ਵਰਜ਼ਨ ਉਹਨਾਂ ਮਗਰ ਡੋਸ ਐਕਸ ਲਿਖਿਆ ਹੋਊਗਾ ਇਹ ਨਿਸ਼ਾਨੀ ਹੈ ਕਾ ਦੀ ਐਮ ਐਸ ਵਰਡ ਦੀ ਫਾਈਲ ਦੀ ਓਕੇ ਸਾਰੇ ਡਾਕੂਮੈਂਟ ਫਾਈਲਾਂ ਲਈ ਹੀ ਤਿਆਰ ਕੀਤੇ ਹਨ ਇਸ ਦੀਆਂ ਫਾਈਲਾਂ ਦੀ ਪਛਾਣ ਇਸ ਦੇ ਪਿਛਲੇ ਅੱਖਰ ਤੋਂ ਆਉਂਦੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਫਾਈਲ ਐਮ ਐਸ ਆਫਿਸ ਦੇ ਕਿਸੇ ਭਾਗ ਨਾਲ ਸੰਬੰਧਿਤ ਹੈ ਓਕੇ ਇਸ ਤੋਂ ਬਾਅਦ ਐਮ ਐਸ ਵਰਡ ਹੈ ਜਿਹੜਾ ਐਮ ਐਸ ਵਰਡ ਕਿਸ ਦਾ ਭਾਗ ਹੈ ਇਹ ਹੈਗਾ ਭਈ ਐਮ ਐਸ ਆਫਿਸ ਦਾ ਹੀ ਭਾਗ ਹੈ ਓਕੇ ਇਸ ਤੋਂ ਬਾਅਦ ਅਗਲਾ ਐਮ ਐਸ ਵਰਡ ਦੀ ਫਾਈਲ ਦੀ ਪਛਾਣ ਕਿਵੇਂ ਕੀਤੀ ਜਾਂਦੀ ਹੈ ਇਸ ਦੀ ਪਛਾਣ ਇਸ ਦੇ ਪਿਛਲੇ ਹਿੱਸੇ ਤੋਂ ਕੀਤੀ ਜਾਂਦੀ ਹੈ ਜਿਸ ਵਿੱਚ ਡੌਸ ਲਿਖਿਆ ਹੋਵੇ ਕੱਲਾ ਜੇਕਰ ਕੱਲਾ ਡੌਸ ਲਿਖਿਆ ਹੁੰਦਾ ਹੈ ਤਾਂ 2007 ਤੋਂ ਪੁਰਾਣਾ ਵਰਜਨ ਹੈ ਜੇਕਰ ਡੌਸ ਐਕਸ ਲਿਖਿਆ ਹੁੰਦਾ ਹੈ ਤਾਂ ਸਮਝ ਲਓ ਕਿ ਇਹ 2007 ਤੋਂ ਬਾਅਦ ਦਾ ਵਰਜਨ ਹੈ ਐਵੇਂ ਮੈਂ ਤੁਹਾਨੂੰ ਇਹ ਫੋਟੋਆਂ ਵਿੱਚ ਦਿਖਾਈ ਜਾਵਾ ਆ ਹੁੰਦਾ ਹੈ ਹੁੰਦਾ ਕੁਛ ਨਹੀਂ ਕਰਨਾ ਪਰ ਜਿਹੜਾ ਕੋ ਦੱਸਿਆ ਨੋ ਕਰ ਲਓ ਆ ਚੀਜ਼ ਚੰਗੀ ਤਰ੍ਹਾਂ ਦਿਮਾਗ 'ਚ ਬਿਠਾ ਲਓ ਠੀਕ ਹੈ ਡੋਸ ਐਕਸ ਕਿਹਦੇ ਮਗਰ ਲੱਗਦਾ ਡੋਸ ਕਿਹਦੇ ਮਗਰ ਲੱਗਦਾ ਬਾਕੀ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਪਟਵਾਰੀ ਦੇ ਪੇਪਰ ਦੇ ਵਿੱਚ ਜਿਹੜੇ ਬੱਚੇ ਦਿੱਤਾ ਗਿਆ ਆਪਣੇ ਕੰਟੈਂਟ ਦੇ ਵਿੱਚ ਕਿੰਨਾ ਕਦਾਵਾਂਗਾ ਜੇ ਐਮ ਐਸ ਆਫਿਸ ਦੇ ਵਿੱਚੋਂ ਐਮ ਐਸ ਵਰਡ ਦੇ ਵਿੱਚ ਪ੍ਰੈਸ਼ਨ ਬੰਨਦਾ ਆਹ ਵੀਡੀਓ ਤੋਂ ਬਾਅਦ ਨਹੀਂ ਬੰਨਦਾ ਇਹ ਨਹੀਂ ਗਾਰੰਟੀ ਹੈ ਜਿੱਦੋਂ ਅਸੀਂ ਐਮ ਐਸ ਵਰਡ ਦੇ ਵਿੱਚ ਕੋਈ ਵੀ ਡਾਕੂਮੈਂਟ ਬਣਾਉਂਦੇ ਹਾਂ ਮਤਲਬ ਮੈਂ ਕੋਈ ਵੀ ਡਾਕੂਮੈਂਟ ਬਣਾਤਾ ਐਮ ਐਸ ਵਰਡ ਦੇ ਵਿੱਚ ਤਾਂ ਉਹ ਡਾਕੂਮੈਂਟ ਦਾ ਨਾਮ ਕੀ ਲਿਖਿਆ ਆਊਗਾ ਬਾਈ ਡਿਫਾਲਟ ਬਾਈ ਡਿਫਾਲਟ ਦਾ ਕੀ ਮਤਲਬ ਹੁੰਦਾ ਇਹ ਸਮਝ ਲਓ ਵਾਈ ਡਿਫਾਲਟ ਦਾ ਕੀ ਮਤਲਬ ਹੁੰਦਾ ਡਾਈਪਰੋਟਲ ਦਾ ਮਤਲਬ ਉਹ ਹੁੰਦਾ ਕਿ ਅਸਲ ਦੇ ਵਿੱਚ ਇਹਦਾ ਮਤਲਬ ਹੁੰਦਾ ਅਸਲ ਵਿੱਚ ਠੀਕ ਹੈ ਮੰਨ ਲਓ ਮੇਰੀ ਹਾਈਟ ਹੈ ਮੇਰੀ ਹਾਈਟ ਕਿੰਨੀ ਹੈ 5 11 ਮੇਰੀ ਹਾਈਟ ਹੈਗੀ ਅਸਲ ਦੇ ਵਿੱਚ ਮੇਰੀ ਹਾਈਟ 5 11 ਹੈ ਜੇ ਮੈਂ ਬੈਂਟੀਆਂ ਚੱਕ ਦੂੰਗਾ ਵੀ 6 ਫੁੱਟ ਹੋ ਜੂਗੀ ਠੀਕ ਹੈ ਜੇ ਮੈਂ ਟੋਏ 'ਚ ਖੜ ਜਾਊਗਾ ਮੇਰੀ 5 ਫੁੱਟ 9 ਹੋ ਜੂਗੀ ਅਸਲ ਦੇ ਵਿੱਚ ਕਿੰਨੀ ਹਾਈਟ ਹੈ ਮੇਰੀ 5 11 ਉਹ ਚੀਜ਼ ਹੈ ਅਸਲ ਦੇ ਵਿੱਚ ਜਿਹੜੀ ਚੀਜ਼ ਹੈ ਜਦੋਂ ਆਪਾਂ ਡਾਕੂਮੈਂਟ ਬਣਾਵਾਂਗੇ ਬਾਅਦ 'ਚ ਨਾ ਆਪਾਂ ਕੋਈ ਮਰਜ਼ੀ ਨਾਮ ਦੇ ਜਾਈਏ ਉਹਨੂੰ ਜਿਹੜੀ ਆਪਾਂ ਫਾਈਲ ਬਣਾਵਾਂਗੇ ਮੰਨ ਲਓ ਮੈਂ ਫਾਈਲ ਬਣਾਤੀ ਮੈਂ ਲਿਖਤਾ ਗਗਨਦੀਪ ਸਿੰਘ ਐਸਟੈਟਰਾ ਮੈਂ ਕੁਝ ਵੀ ਲਿਖਤਾ ਉਹਦੇ ਬਾਰੇ ਥੋੜੀ ਫਾਈਲ ਬਣ ਗਈ ਉੱਤੇ ਉਹਦਾ ਜਿਹੜਾ ਅਸਲ ਨਾਮ ਲਿਖਿਆ ਹੋਊਗਾ ਕੰਪਿਊਟਰ ਦੇ ਵਿੱਚ ਡਾਕੂਮੈਂਟ ਬਨ ਲਿਖਿਆ ਹੋਊਗਾ ਪਰ ਅਸਲ ਦੇ ਵਿੱਚ ਨਹੀਂ ਲਿਖਿਆ ਉਹ ਚੇਂਜ ਕਰਕੇ ਮੈਂ ਉੱਤੇ ਕੁਝ ਮਰਜ਼ੀ ਲਿਖੀ ਜਾਵਾਂ ਉਹਦੇ ਠੀਕ ਹੈ ਜੇ ਨੇ ਇਹੀ ਪੁੱਛਿਆਗਾ ਜਿਹੜੀ ਐਮ ਐਸ ਵਰਡ ਦੇ ਵਿੱਚ ਕੋਈ ਵੀ ਡਾਕੂਮੈਂਟ ਬਣਾਉਂਦੇ ਹਾਂ ਉਸ ਦੇ ਉੱਪਰ ਜੋ ਬਾਈ ਡਿਫਾਲਟ ਨਾਮ ਹੁੰਦਾ ਹੋ ਉਹ ਕੀ ਹੁੰਦਾ ਹੈਗਾ ਉਹ ਹੁੰਦਾ ਭਈ ਡਾਕੂਮੈਂਟ 1 ਇਹ ਗੱਲ ਯਾਦ ਰੱਖਣੀ ਹੈ ਆ ਦੇਖੋ ਦਾ ਸਾਰਾ ਦੱਸਿਆ ਹੋਇਆਗਾ ਠੀਕ ਹੈ ਐਮ ਐਸ ਵਾਰਡ ਦੇ ਫੰਕਸ਼ਨ ਹੀ ਆ ਇਹ ਇਹ ਜਿਹੜਾ ਕੁਝ ਸਮਝਣ ਵਾਲੀ ਚੀਜ਼ ਹੈ ਨਹੀਂ ਬਸ ਇਹ ਸਮਝ ਲਓ ਜਿਹੜਾ ਇੱਥੇ ਲਿਖਿਆ ਹੋਆ ਹੁੰਦਾਗਾ ਜਿਹੜੀ ਆ ਉੱਪਰ ਕੋਈ ਵੀ ਚੀਜ਼ ਲਿਖੀ ਹੋਈ ਹੁੰਦੀ ਹੈ ਠੀਕ ਹੈ ਇਹਨੂੰ ਆਪਾਂ ਟਾਈਟਲ ਵਾਰ ਕਹਿੰਦੇ ਆ ਠੀਕ ਹੈ ਉੱਪਰ ਨੂੰ ਟਾਈਟਲ ਵਾਰ ਕਹਿੰਦੇ ਆ ਤੇ ਆਹ ਚੀਜ਼ ਨੂੰ ਆਪਾਂ ਮੀਨੂ ਵਾਰ ਕਹਿੰਦੇ ਆ ਠੀਕ ਹੈ ਮੀਨੂ ਵਾਰ ਕਹਿੰਦੇ ਆ ਆ ਜਿਹੜੀਆਂ ਆ ਚੀਜ਼ਾਂ ਆ ਇਹਨੂੰ ਆਪਾਂ ਰੀਵਨ ਕਹਿੰਦੇ ਆ ਠੀਕ ਹੈ 1 2 3 4 5 6 7 8 9 ਇਹ ਹੁਣ 9 ਲੱਗ ਗਿਆ ਪਹਿਲਾਂ ਵੇਖੋ ਉੱਥੇ 11 ਆਉਂਦੀਆਂ ਹੁੰਦੀਆਂ ਸੀ ਪਰ ਤੁਸੀਂ 9 ਹੀ ਯਾਦ ਰੱਖਿਓ ਜਿਹੜੇਾਂ 'ਚ 9 ਆਉਂਦੇ ਨੇ ਠੀਕ ਹੈ ਆ ਫਾਈਲ ਹੋਮ ਇਨਸਰਟਡ ਡਿਜ਼ਾਈਨ ਲੇਆਉਟ ਰਿਫਰੈਂਸ ਮੇਲਿੰਗ ਰਿਵਿਊ 뷰 ਇਹ ਜਿਹੜੇਾਂ 'ਚ 9 ਆਈਆਂ ਠੀਕ ਹੈ ਔਦਰ ਫੰਕਸ਼ਨ ਕੀ ਹੈ ਆ ਦੇਖੋ ਤੇ ਆਣਾ ਦੇਖਿਓ ਹੁਣ ਪੁੱਤਰੋ ਜਿਹੜੀ ਤਾਂ ਆ ਹੁੰਦੀ ਏ ਡੱਬੀ ਆ ਡੱਬੀ ਨਹੀਂ ਹੈਗੀ ਉੱਪਰ ਦਸ ਗਈ ਹੋਊਗੀ ਤੁਹਾਨੂੰ ਇੱਕ ਮਿੰਟ ਅੱਥਰ ਨਾਲ ਹੀ ਮਿਲ ਗਏ ਹਨਾ ਉਹ ਦੇਖੋ ਜਿਹੜੀ ਆ ਡਬੀਆ ਪੁੱਤਰੋ ਆਹਾ ਇਹਨੂੰ ਆਪਾਂ ਕਹਿੰਦੇ ਨੇ ਕਿਉਕ ਐਕਸੈਸ ਵਾਰ ਇਹਨੂੰ ਕਿਹਾ ਕਹਿੰਦੇ ਨੇ ਕਿ ਕੀ ਹੁੰਦਾ ਇਹਦੇ ਵਿੱਚ ਹੁੰਦਾਗਾ ਇੱਕ ਤਾਂ ਹੁੰਦਾ ਰੀਡੋ ਇੱਕ ਹੁੰਦਾ ਅੰਡੋ ਠੀਕ ਹੈ ਅੰਡੋ ਤੇ ਰੀਡੋ ਇਹ ਦੋ ਫੰਕਸ਼ਨ ਹੁੰਦਿਆ ਕਰੇ ਕਿਉਂਕਿ ਐਕਸ ਵਾਰ ਦੇ ਮਤਲਬ ਉਹ ਮੈਂ ਇੱਥੇ ਲਿਖਦਾ ਸੀ ਗਗਨ ਗਗਨ ਦੇ ਨਾਲ ਮੈਂ ਲਿਖਦਾ ਦੀਪ ਦੀਪ ਲਿਖਣਾ ਸੀ ਮੈਂ ਇੱਥੇ ਈ ਪਾਤਾ ਗੱਲ ਆ ਈ ਪਤਾ ਇਹ ਨੂੰ ਮਟੇਨਾਗਾ ਮੈਨੂੰ ਬੈਕ ਸਪੇਸ ਦਾ ਕੋਈ ਲੋੜ ਨਹੀਂ ਮੈਂ ਇੱਥੋਂ ਹੀ ਅੰਡੋ ਕਰ ਦਊਗਾ ਤਾਂ ਪਿਛਲੇ ਐਕਸ਼ਨ ਰਿਪੀਟ ਹੋ ਜਾਊਗਾ ਠੀਕ ਹੈ ਇਹ ਗੱਲ ਯਾਦ ਰੱਖਣੀ ਹੈ ਪਿਛਲੇ ਐਕਸ਼ਨ ਰਿਪੀਟ ਹੋ ਜਾਊਗਾ ਇਹਦੇ ਵਿੱਚ ਕੀ ਕੀ ਹੁੰਦੇ ਆ ਕਿਉਂਕਿ ਐਕਸੈਸ ਵਾਰ ਦੇ ਵਿੱਚ ਅੰਡੋ ਰੀਡੋ ਤੇ ਫਾਈਲ ਸੇਵ ਦੀ ਆਪਸ਼ਨ ਹੁੰਦੀ ਹੈ ਗੱਲ ਯਾਦ ਰੱਖਣੀ ਹੈ ਠੀਕ ਹੈ ਇਸ ਤੋਂ ਬਾਅਦ ਆਪਾਂ ਇੱਥੇ ਆ ਆ ਬਣਾ ਡਾਕੂਮੈਂਟ ਬੰਨ ਇਹ ਹੁੰਦਾ ਬਾਈ ਡਿਫਾਲਟ ਆਪਣੇ ਡਾਕੂਮੈਂਟ ਦਾ ਨਾਮ ਕੀ ਹੋਊਗਾ ਬਾਈ ਡਿਫਾਲਟ ਅਸਲ ਦੇ ਵਿੱਚ ਕੀ ਹੋਊਗਾ ਡਾਕੂਮੈਂਟ ਬੰਨ ਠੀਕ ਹੈ ਆ ਕੀ ਹੁੰਦਾ ਆਪਣਾ ਇੰਨੇ ਨੇ ਸਿਸਟਮ ਨੂੰ ਆਪਾਂ ਕੀ ਕਹਿੰਦੇ ਨੇ ਟਾਈਟਲ ਬਾਰ ਠੀਕ ਹੈ ਇਹਨੂੰ ਆਪਾਂ ਜਿਹੜਾ ਆ ਪਿਆ ਆ ਦੇਖੋ ਆ ਪਿਆ ਜਿਹੜਾ ਇਹਨੂੰ ਆਪਾਂ ਕਹਿੰਦੇ ਨੇ ਮਾਈਕਰੋਸਾਫਟ ਆਫਿਸ ਬਟਨ ਕਹਿੰਦੇ ਆਂਦੇ ਆਪਾਂ ਠੀਕ ਹੈ ਤੇ ਜਿਹੜੀ ਆ ਚੀਜ਼ ਆ ਇਹਨੂੰ ਆਪਾਂ ਕਹਿੰਦੇ ਨੇ ਰੀਵਨ ਰੀਵਨ ਵੀ ਕਹਿੰਦੇ ਨੇ ਇਹਨੂੰ ਆਪਾਂ ਤੇ ਇਹਨੂੰ ਆਪਾਂ ਮੀਨੂ ਟਾਈਪ ਵੀ ਕਹਿੰਦੇ ਆਂਦੇ ਆ ਠੀਕ ਹੈ ਗੱਲ ਯਾਦ ਰੱਖਣੀ ਕੋਈ ਬੜੇ ਵੱਡੇ ਚੱਕਰ ਨਹੀਂ ਏਡੇ ਅਹੀ ਗੱਲਾਂ ਨਹੀਂ ਪੁੱਛਦੇ ਹੁੰਦੇ ਸਟੇਟਸ ਬਾਰ ਕਿੱਥੇ ਹੁੰਦਾ ਕੀ ਵੀ ਪੁੱਛ ਲੈਂਦੇ ਸਟੇਟਸ ਬਾਰ ਥੱਲੇ ਹੁੰਦਾ ਗਾਜਮਾ ਠੀਕ ਹੈ ਤੇ ਬਿਊ ਟੂਲ 바ਰ ਵੀ ਥੱਲੇ ਹੁੰਦਾ ਹੈਗਾ ਇਸ ਤੋਂ ਬਾਅਦ ਆਹ ਆਪਰੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹ ਰੱਟੇ ਲਾ ਲਓ ਬਸ ਇਹਦੇ ਇਹਦੀ ਕੀ ਲਾਣੋ ਰੱਟੇ ਲਾ ਲਓ ਹੋਮ ਟੈਬ ਦੀ ਗੱਲ ਕਰਦਾ ਸਭ ਤੋਂ ਪਹਿਲਾਂ ਹੋਮ ਟੈਬ ਕੀ ਹੁੰਦੀ ਹੈ ਆਹ ਪਈਆ ਹੋਮ ਆਪਣੇ ਠੀਕ ਹੈ ਹੋਮ ਟੈਬ ਹੋਮ ਟੈਬ ਦੇ ਵਿੱਚ ਕਿਹੜੇ-ਕਿਹੜੇ ਫੰਕਸ਼ਨ ਆ ਜਾਂਦੇ ਦੇਖੋ ਹੋਮ ਟੈਬ ਦੇ ਵਿੱਚ ਦੇਖੋ ਵੀ ਕਿਹੜੇ-ਕਿਹੜੇ ਫੰਕਸ਼ਨ ਆ ਜਾਂਦੇ ਕਿਰਾਏ ਦਾ ਕਲਿੱਪਬੋਰਡ ਇੱਕ ਫੌਂਟ ਇੱਕ ਪੈਰਾਗ੍ਰਾਫ ਇੱਕ ਸਟਾਈਲ ਠੀਕ ਹੈ ਹੋਮ ਟੈਬ ਦੇ ਵਿੱਚ ਜਿਹੜੇ ਮੇਨ ਮੇਨ ਚੀਜ਼ਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਕਲਿੱਪਬੋਰਡ ਫੌਂਟ ਤੇ ਪੈਰਾਗ੍ਰਾਫ ਇਹ ਤਿੰਨ ਚੀਜ਼ਾਂ ਕਹਦੇ ਚਾਹ ਜਾਂਦੀਆਂ ਨੇ ਹੋਮ ਦੇ ਵਿੱਚ ਆ ਜਿੰਦਾ ਜਾਲ ਰੱਖਣੀ ਹੈ ਹੋਮ ਜਿਹੜੀ ਕੀ ਹੁੰਦੀ ਹੈ ਹੋਮ ਟੈਬ ਹੁੰਦੀ ਹੈ ਆਪਣੀ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਕਲਿੱਪਬੋਰਡ ਕਲਿੱਪਬੋਰਡ ਕੀ ਹੁੰਦਾ ਹੈਗਾ ਤੁਸੀਂ ਐਂ ਕਰਿਓ ਅ ਤੁਸੀਂ ਨਾ ਆਪਣੇ ਮੋਬਾਈਲ ਦੇ ਵਿੱਚ ਕੀ ਕਰਿਓ ਮਤਲਬ ਕੋਈ ਵੀ ਤੁਹਾਨੂੰ ਫਿਕਸ਼ਨ ਮੈਸੇਜ ਆਇਆ ਪਿਆ ਹੋਇਆ ਠੀਕ ਹੈ ਜਿਵੇਂ ਕੋਈ ਲੈਂਗੁਏਜ ਦੇ ਵਿੱਚ ਮੈਸੇਜ ਆਇਆ ਤੁਸੀਂ ਉਹ ਉੱਪਰ ਅੱਥਰ ਲਓ ਤੇ ਮੈਨੂੰ ਲਿਖਿਆ ਹੋਇਆ ਕੋਈ ਫੰਕਸ਼ਨ ਹੋਰ WhatsApp ਦੇ ਵਿੱਚ ਮੈਸੇਜ ਆਇਆ ਉਹਦੇ ਤੋਂ ਤੁਸੀਂ ਨਾ ਉਂਗਲ ਨਾਲ ਰੱਖ ਕੇ ਪ੍ਰੈਸ ਕਰੀ ਰੱਖਿਓ ਇਸ ਤੋਂ ਬਾਅਦ ਤੁਹਾਡੇ ਉੱਤੇ ਆਨਸਰ ਆ ਜਾਊਗਾ ਕਾਪੀ ਕਾਪੀ ਜਦੋਂ ਕਾਪੀ ਕਰੋਗੇ ਤੁਹਾਡੇ ਕਲਿੱਪਬੋਰਡ ਦੇ ਵਿੱਚ ਆ ਜਾਊਗਾ ਬਸ ਇਹ ਸਮਝ ਲਿਓ ਠੀਕ ਹੈ ਤੇ ਜੇ ਤੁਹਾਨੂੰ ਕਲਿੱਪਬੋਰਡ ਵੈਸੇ ਤੁਸੀਂ ਐਂ ਕਰ ਕਰਦੇ ਹੋ ਤੁਸੀਂ ਕਲਿੱਪਬੋਰਡ ਪੁੱਛਿਆ ਨਹੀਂ ਜਾਊਗਾ ਕਦੇ ਨਹੀਂ ਪੁੱਛਿਆ ਜਾਊਗਾ ਕਲਿੱਪਬੋਰਡ ਕੀ ਹੁੰਦਾ ਸੋ ਸਿਰਫ ਇਹ ਪੁੱਛਿਆ ਜਾਊਗਾ ਕਿ ਹੋਮ ਟਾਈਪ ਦੇ ਵਿੱਚ ਇਹਨਾਂ ਵਿੱਚ ਕਿਹੜੇ ਕਿਹੜੇ ਫੰਕਸ਼ਨ ਹੁੰਦੇ ਨੇ ਤੇ ਕਲਿੱਪਬੋਰਡ ਕਿਹੜੇ ਹੋਮ ਟਾਈਪ ਦੇ ਵਿੱਚ ਆਉਂਦੀ ਹੈ ਕਲਿੱਪਬੋਰਡ ਹੋਮ ਟੌਪ ਦੇ ਕਲਿੱਪਬੋਰਡ ਫੌਂਟ ਤੇ ਪੈਰਾਗ੍ਰਾਫ ਕਿਹਦੇ ਵਿੱਚ ਆਉਂਦੇ ਆ ਹੋਮ ਟੈਪ ਦੇ ਵਿੱਚ ਆਉਂਦੇ ਆ ਇਸ ਤੋਂ ਬਾਅਦ ਆ ਜੇ ਦੂਜੇ ਨੰਬਰ ਤੇ ਆਪਣੀ ਇਨਸਰਟਡ ਟਾਈਪ ਜੇ ਆਪਾਂ ਕੋਈ ਪਿਕ ਲਾਉਣੀ ਹੈ ਕੁਝ ਵੀ ਲਾਉਣਾ ਸਾਰਾ ਕੁਝ ਕਰੀ ਚੁੱਕਿਆ 60 ਟਾਈਪ ਦੇ ਵਿੱਚ ਕੀ ਕੀ ਚੀਜ਼ਾਂ ਆ ਜਾਂਦੀਆਂ ਦੇਖੋ ਇਹਦੇ ਵਿੱਚ ਆ ਜਾਂਦੀ ਆਪਣੀ ਪੇਜ ਆ ਜਾਂਦੇ ਆ ਟੇਬਲ ਆ ਜਾਂਦਾ ਅ ਇਲੂਟ੍ਰੇਸ਼ਨ ਆ ਜਾਂਦਾ ਤੇ ਹਾਈਪਰ ਲਿੰਕ ਆ ਜਾਂਦੇ ਆ ਬੁੱਕਮਾਰਕ ਆ ਜਾਂਦਾ ਕ੍ਰਾਸ ਰਿਫਰੈਂਸ ਆ ਜਾਂਦਾ ਠੀਕ ਹੈ ਹੈਡਰ ਤੇ ਫੁੱਟਰ ਹੈਡਰ ਤੇ ਫੁੱਟਰ ਕੀ ਹੁੰਦੇ ਆ ਮੰਨ ਲਓ ਆ ਪੇਜ ਆਗਾ ਆਪਾਂ ਰੇਗ ਬੀ ਦੇ ਵਿੱਚ ਲਿਖਦੇ ਹੁੰਦੇ ਆਪਾਂ ਕੋਈ ਵੀ ਪੇਜ ਖੋਲੋਗੇ ਉੱਤੇ ਲਿਖਿਆ ਹੁੰਦਾ ਇੱਕ ਪਹਿਲਾ ਪੇਜ ਦੂਜਾ ਪੇਜ ਤੀਜਾ ਪੇਜ ਚੌਥਾ ਪੇਜ ਇਹ ਹਰੇਕ ਪੇਜ ਤੇ ਲੱਗੇ ਹੋਏ ਹੁੰਦੇ ਆ ਠੀਕ ਹੈ ਇਹ ਜਿਹੜੇ ਹੈਡਰ ਹੁੰਦੇ ਆ ਹੈਡਰ ਤੋਂ ਉਹ ਤੇ ਜਿਹੜੇ ਕਿਸੇ ਪੇਜ ਤੋਂ ਪਤਾ ਨਹੀਂ ਸੰਖਿਆ ਲਿਖੀ ਵੀ ਹੁੰਦੀ ਆ ਪਹਿਲਾ ਪੇਜ ਆ ਦੂਜਾ ਪੇਜ ਤੇ ਤੀਜਾ ਪੇਜ ਆ ਕਿਸੇ ਪੇਜ ਤੇ ਤੁਸੀਂ ਦੇਖਿਆ ਹੋਊਗਾ ਥੱਲੇ ਲਿਖਿਆ ਹੋਊ ਹੁੰਦਾ ਪਹਿਲਾ ਪੇਜ ਆ ਦੂਜਾ ਪੇਜ ਜੀ ਤਾਂ ਕਿਸੇ ਦੇ ਉੱਪਰ ਲਿਖਿਆ ਹੁੰਦਾ ਹੁੰਦਾ ਕਹਿੰਦੇ ਆ ਕਿ ਹੈਡਰ ਤੇ ਲਿਖਿਆ ਹੋਇਆ ਭਾਈ ਇਹਦੇ ਅੱਖਰ ਇਹਦੇ ਹੈਡਰ ਤੇ ਨੰਬਰ ਲਿਖੇ ਹੋਏ ਡ੍ਰੌਪ ਕੈਪ ਸਮਝੋ ਪੁੱਛ ਲੈਣੇ ਕਿ ਡ੍ਰੌਪ ਕੈਪ ਕੀ ਹੁੰਦੀ ਹੈ ਮਤਲਬ ਮੈਂ ਆਪਣਾ ਨਾਮ ਲਿਖਣਾ ਹੈਗਾ ਪਹਿਲਾ ਅੱਖਰ ਵੱਡਾ ਲਿਖਤਾ ਬਾਕੀ ਤਿੰਨ ਲੈਣਾ ਵਿੱਚ ਛੋਟੀਆਂ ਲਿਖਤੀਆਂ ਆਏ ਤੁਸੀਂ ਦੇਖਿਆ ਕਿਵੇਂ ਲਿਖਿਆ ਅਖਬਾਰਾਂ ਦੇ ਵਿੱਚ ਪਹਿਲਾ ਅੱਖਰ ਵੱਡਾ ਲਿਖਿਆ ਹੁੰਦਾ ਬਾਕੀ ਅੱਖਰ ਛੋਟੇ ਲਿਖੇ ਹੁੰਦੇ ਆ ਤਾਂ ਇਹ ਆ ਜਾਂਦਾ ਡ੍ਰੌਪ ਕੈਪ ਦੇ ਵਿੱਚ ਪਹਿਲਾ ਅੱਖਰ ਵੱਡਾ ਹੋਵੇ ਬਾਕੀ ਲੈਣਾ ਛੋਟੀਆਂ ਹੋਣ ਜਿਹੜੇ ਡ੍ਰੌਪ ਕੈਪ ਹੁੰਦਾ ਤਿੰਨ ਲਾਈਨਾਂ ਨੂੰ ਕਵਰ ਕਰ ਜਾਂਦਾ ਹੈ ਇਹਦੇ ਬਾਰੇ ਅਗਿਆ ਤੁਹਾਨੂੰ ਡਿਟੇਲ ਚ ਦੱਸੂਗਾ ਮੈਂ ਉਹ ਬਸੇ ਤੁਸੀਂ ਯਾਦ ਕਰ ਲਓ ਇਨਸਰਟਡ ਟਾਈਪ ਦੇ ਵਿੱਚ ਕੀ ਆ ਗਿਆ ਹਾਈਪਰ ਲਿੰਕ ਬੁੱਕਮਾਰ ਪੇਜ ਟੇਬਲ ਲਿਟਰੇਚਰ ਲਿੰਕ ਲਿੰਕ ਤਾਂ ਸਾਰੇ ਇਕੱਠੇ ਆ ਗਏ ਹਨਾ ਪੇਜ ਨੰਬਰ ਤੇ ਮੇਨ ਇੰਨਾ ਦੇ ਵਿੱਚ ਕੀ ਯਾਦ ਕਰਨਾ ਹੋਤਾ ਭਾਵੇਂ ਜਾਂ ਤਾਂ ਤੁਸੀਂ ਸਾਰੇ ਕਰ ਲਿਓ ਪਰ ਮੇਨ ਮੇਨ ਤਾਂ ਤੁਸੀਂ ਆਹ ਵੀ ਯਾਦ ਰੱਖਣਾ ਆਹ ਵੀ ਯਾਦ ਰੱਖਣੇ ਹੈ ਹੈਡਰ ਫੂਟਰ ਤੇ ਡ੍ਰੌਪ ਟੈਬ ਇਹਦਾ ਤੁਸੀਂ ਬਿਲਕੁਲ ਹੀ ਨਹੀਂ ਭੁੱਲਣੇ ਠੀਕ ਹੈ ਇਸ ਤਰ੍ਹਾਂ ਪੇਜ ਲੇਆਉਟ ਦੇ ਵਿੱਚ ਕੀ ਆ ਜਾਂਦਾ ਆ ਦੇਖੋ ਪੇਜ ਲੇਆਉਟ ਪਿਆ ਨਾ ਇਸ ਤੋਂ ਬਾਅਦ ਆਹ ਪਿਆ ਪੇਜ ਲੇਆਉਟ 3 ਨੰਬਰ ਦੇ 60 ਤੋਂ ਬਾਅਦ ਪੇਜ ਲੇਆਉਟ ਦੇ ਵਿੱਚ ਆ ਜਾਂਦਾ ਪੇਜ ਨੂੰ ਸੈਟ ਅਪ ਕਿਵੇਂ ਕਰਨਾ ਤੇ ਵਾਟਰਮਾਰਕ ਕਿਵੇਂ ਲਾਉਣਾ ਹੈ ਪੇਜ ਨੂੰ ਸੈਟ ਅਪ ਕਿਵੇਂ ਕਰਨਾ ਵਾਟਰਮਾਰਕ ਕੀ ਹੁੰਦਾ ਹੈਗਾ ਦੇਖੋ ਆ ਨਹੀਂ ਲਿਖਿਆ ਹੋਇਆ ਮੇਰਾ ਫ੍ਰੀ ਪੰਜਾਬ ਐਗਜ਼ਾਮ ਸਟੱਡੀ ਆ 45 ਹੁੰਦੀ ਤਾਂ ਉਹ ਤੋਂ ਦਲਾਇ ਲਿਖਿਆ ਹੋਇਆ ਠੀਕ ਹੈ ਇਹ ਕਿਉਂ ਲਾਉਣਾ ਹੋਣਾ ਮੈਂ ਇਹ ਤਾਂ ਲਾਉਣਾ ਉਹਨਾਂ ਦੀ ਕੋਈ ਮਤਲਬ ਹੋਰ ਚੈਨਲ ਵਾਲਾ ਠੀਕ ਹੈ ਜਾਂ ਕੋਈ ਹੋਰ ਬੰਦਾ ਪ੍ਰਿੰਟ ਆਊਟ ਕਢਾ ਕੇ ਕਿਸੇ ਨੂੰ ਵੇਚ ਨਾ ਦੇਵੇ ਕਿਸੇ ਗਰੀਬ ਬੱਚੇ ਤੋਂ ਪੈਸੇ ਲੈ ਲਈ ਜਾਂ ਕੁਝ ਵੀ ਲੈ ਲੇ ਠੀਕ ਹੈ ਕਿਸੇ ਦੇ ਨੋਟਸ ਭੇਜ ਕੇ ਤਾਂ ਕਰਕੇ ਇਹ ਚੀਜ਼ ਮੈਂ ਤਾਂ ਲਾਈ ਵੀ ਹੁੰਦੀ ਹੈ ਠੀਕ ਹੈ ਫ੍ਰੀ ਐਗਜ਼ਾਮ ਫ੍ਰੀ ਪੰਜਾਬ ਐਗਜ਼ਾਮ ਸਟੱਡੀ ਤਾਂ ਹੀ ਲਾਇਆ ਹੁੰਦਾ ਕਿ ਇਹ ਮੈਂ ਟਾਈਟਲ ਹੈਗਾ ਠੀਕ ਹੈ ਮੇਰੇ ਚੈਨਲ ਦਾ ਨੇਮ ਹੈਗਾ ਇਹਨਾਂ ਚੀਜ਼ ਨਾਲ ਇੱਕ ਮਤਲਬ ਸਰਟੀਫਾਈ ਹੋ ਜਾਂਦੀ ਹੈ ਕਿ ਮਤਲਬ ਮੈਂ ਆਪ ਦਾ ਕੰਟੈਂਟ ਹੈ ਮੇਰਾ ਇਹ ਠੀਕ ਹੈ YouTube ਜਿੱਥੋਂ ਨੂੰ ਮਦਦਤਾ ਜੇ ਮੈਂ ਕਿਸੇ ਹੋਰ ਦਾ ਕੰਟੈਂਟ ਚਾਕੇ ਪਾਦਾ ਨਾਲ ਦੇ ਨਾਲ ਮੇਰੀ ਵੀਡੀਓ ਡਿਲੀਟ ਕਰ ਦਣਗੇ YouTube ਵਾਲੇ ਠੀਕ ਹੈ ਤਾਂ ਕਰਕੇ ਵਾਟਰਮਾਰਕ ਦਾ ਮਤਲਬ ਇਹੀ ਹੁੰਦਾ ਕਿ ਆਪ ਨੂੰ ਪਤਾ ਲੱਗ ਜਾਂਦੀ ਕਿ ਚੀਜ਼ ਆਪਣੀ ਪਰਸਨਲ ਹੈਗੀ ਠੀਕ ਹੈ ਆ ਵੀ ਲਿਖਿਆ ਹੋਇਆ ਜਿਵੇਂ ਫ੍ਰੀ ਹੋ ਠੀਕ ਹੈ ਵਾਟਰਮਾਰਕ ਦਾ ਕੀ ਮਤਲਬ ਵਾਟਰਮਾਰਕ ਉਹ ਹੈ ਜਿਹੜਾ ਥੱਲੇ ਲ ਠੀਕ ਹੈ ਇਹਨੂੰ ਬਟਰਮਾਰਕ ਕਹਿ ਦਿੰਦੇ ਆ ਰਿਫਰੈਂਸ ਦੇ ਵਿੱਚ ਕੀ ਆ ਜਾਂਦਾ ਰਿਫਰੈਂਸ ਦੇ ਵਿੱਚ ਕੁਝ ਨਹੀਂ ਇਹ ਚ ਆ ਜਾਂਦਾ ਫੋਟੋਨੋਟ ਕੀ ਆ ਜਾਂਦਾ ਫੋਟੋਨੋਟ ਤੇ ਇੱਕ ਇਹਦੇ ਚ ਆ ਜਾਂਦਾ ਐਂਡ ਨੋਟ ਐਂਡ ਨੋਟ ਲਿਖਿਆ ਨਹੀਂ ਬਸ ਇਹ ਲਿਖ ਲਿਓ ਫੋਟੋਨੋਟ ਤੇ ਐਂਡ ਨੋਟ ਜਿਹੜੇ ਤਾਂ ਹੁੰਦੇ ਹੈ ਹੈਡਰ ਤੇ ਫੂਟਰ ਹੈਡਰ ਤੇ ਫੂਟਰ ਹੁੰਦੇ ਆ ਇਹ ਤਾਂ ਹਰੇਕ ਪੇਜ ਦੇ ਥੱਲੇ ਲਿਖਿਆ ਜਾ ਸਕਦੇ ਆ ਠੀਕ ਹੈ एवरीवन ਇਸ ਪੇਜ ਹਰੇਕ ਪੇਜ ਦੇ ਥੱਲੇ ਲਿਖਿਆ ਜਾ ਸਕਦਾ ਪਹਿਲਾ ਪਹਿਲਾ ਹੈਡ ਨੋਟ ਹੁੰਦਾ ਜਿਹੜਾ ਹੈਡ ਨੋਟ ਹੁੰਦਾ ਇਹ ਕਿਸੇ ਇੱਕ ਪੇਜ ਤੇ ਲਿਖਿਆ ਜਾਊਗਾ ਠੀਕ ਹੈ ਹੈਡ ਤੇ ਜਾਂ ਪੇਜ ਦੇ ਜਿਹੜਾ ਸਾਰਾ ਮੁੱਕ ਗਿਆ ਲੇਖ ਆਪਣਾ ਉਹਦੇ ਐਂਡ ਤੇ ਲਿਖਿਆ ਜਾਊਗਾ ਜਿਹੜਾ ਉਹ ਲਿਖਿਆ ਜਾਊਗਾ ਐਂਡ ਨੋਟ ਕਿਸੇ ਪੇਜ ਦੇ ਸ਼ੁਰੂ ਵਿੱਚ ਲਿਖਿਆ ਜਾਊਗਾ ਹੈਡ ਨੋਟ ਓਕੇ ਮੈਂ ਦੇਖੋ ਮੰਨ ਲਓ ਮੈਂ ਕੋਈ ਲੇਖ ਲਿਖਤਾ ਮੈਂ ਕਹਾਣੀ ਲਿਖਣੀ ਹੈ ਕੋਈ ਲਾਲਚੀ ਕੁੱਤਾ ਤਾਂ ਮੈਂ ਲਾਲਚੀ ਕੁੱਤਾ ਲਿਖਤਾ ਇਹ ਲਾਲਚੀ ਕੁੱਤਾ ਕੀ ਹੋ ਗਿਆ ਮੇਰਾ ਹੈਡ ਨੋਟ ਹੋ ਗਿਆ ਐਂਡ ਤੇ ਚੱਲੀ ਗਈ ਚੱਲੀ ਗਈ ਚੱਲੀ ਗਈ ਵੀਡੀਓ ਐਂਡ ਐਂਡ ਦੇ ਜਿਹੜਾ ਕਹਾਣੀ ਮੁੱਕਣ ਲਈ ਉੱਥੇ ਮੈਂ ਲਿਖਤੀ ਸਿੱਖਿਆ ਤਾਂ ਸਿੱਖਿਆ ਕੀ ਹੋ ਗਿਆ ਮੇਰਾ ਐਂਡਨੋਟ ਜਦੋਂ ਆਪਣਾ ਪੈਰਾ ਖਤਮ ਹੋ ਜੇ ਐਂਡ ਤੇ ਜਿਹੜਾ ਲਿਖਿਆ ਜਾਊਗਾ ਉਹ ਐਂਡ ਆਫ ਦਾ ਪੈਰਾਗ੍ਰਾਫ ਉਹ ਲਿਖਿਆ ਜਾਊਗਾ ਐਂਡਨੋਟ ਕਿਉਂਕਿ ਸ਼ੁਰੂਆਤੀ ਦੇ ਵਿੱਚ ਲਿਖਿਆ ਜਾਵੇ ਉਹ ਲਿਖਿਆ ਜਾਊਗਾ ਆਪਣਾ ਹੈਡਨੋਟ ਠੀਕ ਹੈ ਗੱਲ ਯਾਦ ਰੱਖਣੀ ਹੈ ਫੁੱਟਨੋਟ ਤਾਂ ਤੁਹਾਨੂੰ ਪਤਾ ਲੱਗਿਆ ਹੋਊਗਾ ਐਂਡ ਆਫ ਦਾ ਪੈਰਾਗ੍ਰਾਫ ਪੈਰਾਗ੍ਰਾਫ ਦੇ ਐਂਡ ਦੇ ਵਿੱਚ ਕੀ ਪੈਂਦਾ ਹੁੰਦਾ ਫੁੱਟ ਫੁੱਟਨੋਟ ਤੇ ਪੈਰਾਗ੍ਰਾਫ ਕੋਈ ਵੀ ਸ਼ੁਰੂ ਕਰਨ ਦੇ ਸ਼ੁਰੂ ਵਿੱਚ ਕੀ ਪੈਂਦਾ ਹੁੰਦਾ ਉਰ ਤੇ ਕੀ ਕਿਸੇ ਇੱਕ ਫੁੱਟਨੋਟ ਆ ਫੁੱਟਨੋਟ ਆ ਫੁੱਟਨੋਟ ਤਾਂ ਪੈਂਦਾ ਹੁੰਦਾ ਜਦੋਂ ਆਪਾਂ ਪ੍ਰੇਸ਼ਣ ਸ਼ੁਰੂ ਕਰ ਲਿਆ ਉਹਦੇ ਪੈਰ ਦੇ ਵਿੱਚ ਠੀਕ ਹੈ ਉਹਦੇ ਪੈਰ ਦੇ ਵਿੱਚ ਪਊਗਾ ਫੁੱਟਨੋਟ ਤੇ ਐਨ ਨਟ ਪਊਗਾ ਪਹਿਲੇ ਦੇ ਐਂਡ ਦੇ ਵਿੱਚ ਜਿਹੜਾ ਮੈਂ ਗਲਤ ਦੱਸੀ ਗਿਆ ਸੌਰੀ ਉੱਪਰ ਨਹੀਂ ਪਊਗਾ ਠੀਕ ਹੈ ਉੱਪਰ ਤਾਂ ਹੈਡਰ ਤੇ ਫੁੱਟਰ ਲੱਗਦਾ ਹੁੰਦਾ ਫੁੱਟਨੋਟ ਜਿਆਦਾ ਪਊਗਾ ਜਮਾਂ ਪੈਰ ਦੇ ਥੱਲੇ ਜਾਂ ਪਊਗਾ ਜਮਾਂ ਪਹਿਰੇ ਐਂਡ ਦੇ ਪੈਰਾਗ੍ਰਾਫ ਦੇ ਐਂਡ ਦੇ ਵਿੱਚ ਠੀਕ ਹੈ ਇਹ ਗੱਲ ਯਾਦ ਰੱਖਣੀ ਹੈ ਫੋਟੋਨੋਟ ਜਾਂਦਾ ਪੈਪਰ ਦੇ ਵਿੱਚ ਪਊਗਾ ਜਾਂ ਐਂਡੋਟ ਨੋਟ ਪਊਗਾ ਉਹ ਪੈਰਾਗ੍ਰਾਫ ਦੇ ਐਂਡ ਦੇ ਵਿੱਚ ਪਊਗਾ ਯਾਦ ਰੱਖਿਓ ਮੇਲ ਮਰਜ ਮੇਲ ਮਰਜ ਤੁਹਾਨੂੰ ਮੈਂ ਮੇਲ ਵਾਲੇ ਚੈਪਟਰ ਦੇ ਵਿੱਚ ਕਰਵਾ ਕੀ ਗਿਆ ਜਿਹੜੇ ਬੱਚਿਆਂ ਨੇ ਮੇਲ ਵਾਲਾ ਚੈਪਟਰ ਨਹੀਂ ਲਾਇਆ ਲਾ ਲਓ ਭਾਈ ਉਹ ਸਾਰੇ ਪੇਪਰਾਂ ਵਾਸਤੇ ਇੰਪੋਰਟੈਂਟ ਹੈ ਉਹ ਜਿਹੜਾ ਸੌਰੀ ਉਹ ਜਿਹੜਾ ਮੈਂ ਦੱਸ ਕੇ ਗਿਆਗਾ ਕਿ ਭਾਈ ਜਿਹੜਾ ਮੇਲ ਮਰਜ ਹੁੰਦਾਗਾ ਆਪਾਂ ਇੱਕ ਹੀ ਈਮੇਲ ਕਈ ਜਣੇ ਨੂੰ ਭੇਜਣੀ ਆ ਤਾਂ ਆਪਾਂ ਉਹ ਮੇਲ ਮਰਜ ਕਰਕੇ ਭੇਜ ਦਾਂਗੇ ਠੀਕ ਹੈ ਇੱਕ ਹੀ ਈਮੇਲ ਬਾਰੇ ਜਣੇ ਨੂੰ ਭੇਜ ਨੂੰ ਆਪਾਂ ਕੀ ਕਹਾਂਗੇ ਮੇਲ ਮਰਜ ਇਸ ਤੋਂ ਬਾਅਦ ਰਿਵਿਊ ਦੇ ਵਿੱਚ ਕੀ ਆ ਜਾਂਦਾ ਬਹੁਤ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਰਿਵਿਊ ਦੇ ਵਿੱਚ ਕੀ ਆ ਜਾਂਦਾ ਪ੍ਰੂਫਿੰਗ ਪ੍ਰੂਫਰ ਆ ਜਾਂਦਾ ਰਿ ਬਹੁਤ ਬੜੀ ਹੈਗੀ ਪ੍ਰੂਫਿੰਗ ਕਿਦੇ ਵਿੱਚ ਆਉਂਦਾ ਵੈਰੀ 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 ਇੰਪੋਰਟੈਂਟ ਹੈ ਜੇ ਕਿਸ ਨੇ ਪੇਪਰ ਪੂਰੇ ਹਾਈ ਲੈਵਲ ਦਾ ਪਾਉਣਾ ਹੋਇਆ ਤਾਂ ਉਹ ਪ੍ਰੂਫਿੰਗ ਜ਼ਰੂਰ ਪਾਊਗਾ ਠੀਕ ਹੈ ਰਿਵਿਊ ਆ ਜਿਹੜਾ ਆਪਣਾ ਰਿਵਿਊ ਦੇ ਵਿੱਚ ਪ੍ਰੂਫਿੰਗ ਆ ਜਿਹੜੇ ਪ੍ਰੂਫਿੰਗ ਦੇ ਵਿੱਚ ਕੀ ਆ ਜਾਂਦਾ ਸਪੈਲਿੰਗ ਚੈੱਕ ਸਪੈਲਿੰਗ ਚੈੱਕ ਕਰਨਾ ਹੈ ਗ੍ਰਾਮਰ ਦੇ ਉਹ ਸਾਰੇ ਕਾਦੇ ਚ ਆ ਜਾਂਦੇ ਪ੍ਰੂਫਿੰਗ ਦੇ ਵਿੱਚ ਆ ਜਾਂਦੇ ਥੀਸਿਸ ਰਿ ਵੀਅੂ ਦੇ ਵਿੱਚ ਆ ਜਾਂਦਾ ਥੀਸਿਸ ਰਿ ਵੀਅੂ ਵੈਰੀ ਵੈ ਤੀਸਰ ਕੀ ਹੁੰਦਾ ਆਪਾਂ ਮਤਲਬ ਮੈਂ ਇੱਥੇ ਲਿਖਦਾ ਬੋਾਇ। ਠੀਕ ਹੈ ਬੋਾਇ ਦਾ ਟਾਂਕੀ ਸਨੋਨੀਮ ਕੱਢਣਾ ਆਪਾਂ। ਜੇ ਬੋਾਇ ਦਾ ਐਂਟੋਨੀਮ ਕੱਢਣਾ ਸਨੋਨੀਮ ਕਿਹਦੇ ਨਾਲ ਦਾ ਮਿਲਦਾ ਜੁਲਦਾ ਸ਼ਬਦ ਜਿਵੇਂ ਦੇਖ ਲਓ ਜਿਵੇਂ ਆਪਾਂ ਕੱਢ ਲਿਆ ਇੱਥੇ ਸਕਾਈ ਠੀਕ ਹੈ ਸਕਾਈ ਕੱਢ ਲਿਆ ਸਕਾਈ ਨੂੰ ਆਪਾਂ ਪੰਜਾਬੀ ਦੇ ਵਿੱਚ ਹੋਰ ਕੀ ਕਹਿੰਦੇ ਆਂ? ਸਕਾਈ ਨੂੰ ਆਪਾਂ ਰੱਬ ਵੀ ਕਹਿੰਦੇ ਆਂ। ਠੀਕ ਹੈ। ਅਸਮਾਨ ਵੀ ਕਹਿੰਦੇ ਆਂ। ਕਿੰਨੇ ਕੁਸ਼ ਕੋਮੇ ਨਹੀਂ ਬਣਾਵਾ ਉਹ ਵੀ ਜਿਵੇਂ ਕਿਸੇ ਵੀ ਸ਼ਬਦ ਦਾ ਸਨੋਨੀਮ ਸ਼ਬਦ ਲੱਭਣ ਨੂੰ ਆਪਾਂ ਕੀ ਕਹਿੰਦੇ ਆਂਗੇ? ਥੀਸਰ ਜਿਹੜੇ ਕਿਸੇ ਸ਼ਬਦ ਦੇ ਵਿੱਚ ਕਿਸੇ ਸ਼ਬਦ ਦੇ ਆਪਸ ਸਨੋਨੀਮ ਲੱਗਣੇ ਆ ਜਾਂ ਉਹਦੇ ਨਾਲ ਦੇ ਸ਼ਬਦ ਲੱਗਣੇ ਜਾਂ ਉਹਦੇ ਵਿਰੋਧੀ ਸ਼ਬਦ ਲੱਭਣੇ ਉਹਦਾ ਆਪਾਂ ਕਿਹਦੀ ਪਰਤੋਂ ਕਰਾਂਗੇ ਥੀਸਰ ਦੀ ਪਰਤੋਂ ਕਰਾਂਗੇ ਇਹ ਗੱਲ ਯਾਦ ਰੱਖਣੀ ਹੈ ਲੈਂਗੁਏਜ ਵੀ ਟ੍ਰਾਂਸਲੇਟਰ ਦੇ ਵਿੱਚ ਹੁੰਦੀ ਹੈ ਇੱਕ ਕਮੈਂਟ ਸੈਕਸ਼ਨ ਵੀ ਇਹਦੇ ਵਿੱਚ ਹੀ ਹੁੰਦਾ ਰਿਵਿਊ ਦੇ ਵਿਊ ਦੇ ਵਿੱਚ ਕੀ ਹੁੰਦਾ ਵਿਊ ਦੇ ਵਿੱਚ ਡਾਕੂਮੈਂਟ ਵਿਊ ਹੁੰਦਾਗਾ ਡਾਕੂਮੈਂਟ ਵੀ ਦੇਖ ਸਕਦੇ ਆਪਾਂ ਇਹਨਾਂ ਸਾਰਾ ਕੁਝ ਬਣਾ ਕੇ ਆਪਾਂ ਦੇਖ ਸਕਦੇ ਆ ਕਿ ਮੈਂ ਡਾਕੂਮੈਂਟ ਕਿਵੇਂ ਹੋਇਆ ਤੇ ਜ਼ੂਮ ਵੀ ਕਰ ਸਕਦੇ ਤੇ ਮਾਈਕਰੋਸ ਵੀ ਕਰ ਸਕਦੇ ਆ ਇਹ ਗੱਲ ਧਿਆਨ ਰੱਖਣੀ ਹੈ ਤੁਸੀਂ ਓਕੇ ਮੇਰੇ ਦੋ ਆ ਦੇਖੋ ਵੀ ਸ਼ਾਰਟਕਟ ਕੀ ਮੇਨ ਮੇਂ ਦੀਆਂ ਸ਼ਾਰਟਕਟ ਕੀ ਯਾਦ ਕਰ ਲਓ ਅੱਜ ਮੇਥੀ ਵੀਡੀਓ ਸਮਾਪਤ ਕਰਨ ਲੱਗੇ ਆ ਕੱਲ ਨੂੰ ਉਦੋਂ ਬਾਅਦ ਅੱਗੇ ਵੀਡੀਓ ਮਿਲੂਗੀ ਤੁਹਾਨੂੰ ਆਹ ਸ਼ਾਰਟਕਟ ਕੀ ਸਾਰੇ ਬੱਚੇ ਯਾਦ ਕਰ ਲਓ ਦੇਖੋ ਕੰਟਰੋਲ ਪਲੱਸ A ਤੋਂ ਕੀ ਹੋ ਜੂਗਾ ਸਾਰਾ ਕੁਝ ਸਿਲੈਕਟ ਹੋ ਜੂਗਾ ਮੰਨ ਲਓ ਆਪਾਂ ਕੋਈ ਪੈਰਾ ਲਿਖਿਆ ਹੈ ਆਪਾਂ ਸਾਰਾ ਪਲੇਅਰ ਸਿਲੈਕਟ ਕਰਨਾ ਤੇ ਕੰਟਰੋਲ ਨਾਲ ਆਪਾਂ ਕਿ ਆਪਾਂ A ਨਾਲ ਆਪਾਂ ਨਾਲ ਕਿ ਤਾਂ ਸਾਰਾ ਆਲ ਪੇਜ ਆ ਜਿਹੜਾ ਸਿਲੈਕਟ ਹੋ ਜੂਗਾ B ਤੋਂ ਕੀ ਹੋ ਜੂਗਾ ਖਰੇੜੇ ਹੋਣਗੇ ਬੋਲਡ ਬਣ ਲੱਗ ਜਾਣਗੇ C ਤੋਂ ਕੀ ਕਰਾਂਗੇ ਆਪਾਂ ਕਾਪੀ ਤੋਂ D ਤੋਂ ਕੀ ਕਰਾਂਗੇ ਡਿਫਾਲਟ ਫੌਂਟ ਈ ਤੋਂ ਆਪਾਂ ਕੋਈ ਜੀ ਸੈਂਟਰ ਦੇ ਵਿੱਚ ਕਰਨੀ ਹੈ ਜਿਆਦਾ ਰੱਖਣਾ ਹੈ ਸੀ ਤੋਂ ਆਪਾਂ ਕੋਈ ਜੀ ਸੈਂਟਰ ਦੇ ਵਿੱਚ ਕਰਨੀ ਹੈ ਐਫ ਤੋਂ ਆਪਾਂ ਕੋਈ ਚੀਜ਼ ਫਾਈਂਡ ਕਰਨੀ ਹੈ ਜੀ ਤੋਂ ਆਪਾਂ ਕੋਈ ਚੀਜ਼ ਗੋ ਟੂ ਜਾਣਾ ਹੈ ਐਚ ਤੋਂ ਆਪਾਂ ਜਾਣਾ ਰੀਪਲੇਸ ਕਰਨਾ ਹੈ ਐਚ ਤੋਂ ਕੋਈ ਚੀਜ਼ ਰੀਪਲੇਸ ਹੋਊਗੀ ਆਈ ਤੋਂ ਕੀ ਹੋਊਗੀ ਇਟੈਲਿਕ ਭਾਸ਼ਾ ਦੇ ਵਿੱਚ ਆਪਾਂ ਲਿਖ ਸਕਦੇ ਹਾਂ ਇਟੈਲਿਕ ਸਟਾਈਲ ਦੇ ਵਿੱਚ ਲਿਖ ਸਕਦੇ ਹਾਂ ਜੇ ਤੋਂ ਜਸਟੀਫਾਈ ਕਰ ਸਕਦੇ ਹਾਂ ਜਿਵੇਂ ਪੇਜ ਆਗਾ ਪੇਜ ਨੂੰ ਇਧਰੋਂ ਵੀ ਹੁੰਦਾ ਕਿ ਮਾਰਜਿਨ ਰੱਖਣਾ ਹੈ ਇਧਰੋਂ ਵੀ ਹੁੰਦਾ ਮਾਰਜਿਨ ਪੇਜ ਨੂੰ ਵਿਚਾਲੇ ਜਸਟੀਫਾਈ ਕਰਨਾ ਉਹਨੂੰ ਆਪਾਂ ਕਹਿੰਦੇ ਨੇ ਕੇ ਤੋਂ ਹਾਈਪਰ ਲਿੰਕ ਪਿੱਛੇ ਵੀ ਕੇ ਜੀ ਵਾ ਜਾ ਅਲਾਈਨਮੈਂਟ ਜੇ ਆਪਾਂ ਅਲਾਈਨਮੈਂਟ ਕਰਦਿਆਂ ਲੈਫਟ ਤੋਂ ਤਾਂ ਕੰਟਰੋਲ ਐਲ ਨੱਪਾਂਗੇ ਜੇ ਆਪਾਂ ਇਡੈਂਟ ਇਡੈਂਟਾ ਲੈ ਕੇ ਆਉਣਾ ਇਡੈਂਟ ਤੋਂ ਕਿਵੇਂ ਕਰਾਂਗੇ ਕੰਟਰੋਲ ਐਮ ਦੇ ਨਾਲ ਇਡੈਂਟ ਆ ਜਾਊਗਾ ਇਡੈਂਟ ਉਹ ਹੁੰਦਾ ਜਿਹੜਾ ਜਿਹੜੇ ਨਿਸ਼ਾਨੀ ਨੇ ਜਗਦੀ ਬੁੱਝਦੀ ਜਾਂਦੀ ਹੁੰਦੀ ਹੈ ਉਹਨਾਂ ਪਰ ਡੈਂਟ ਕਰ ਦਿੰਦੇ ਆ ਇਸ ਤੋਂ ਬਾਅਦ ਕੋਈ ਆਪਾਂ ਨਿਊ ਡਾਕੂਮੈਂਟ ਪੇਜ ਖੋਲਣਾ ਉਹਦੇ ਆਪਾਂ ਦੇਖਾਂਗੇ ਕੰਟਰੋਲ ਐਨ ਜੋ ਕਿ ਆਪਾਂ ਪੇਜ ਓਪਨ ਕਰਨਾ ਕੰਟਰੋਲ ਪੀ ਓਪਨ ਜੇ ਕੋਈ ਪੇਜ ਆਪਾਂ ਪ੍ਰਿੰਟ ਕਰਨਾ ਕੰਟਰੋਲ ਪੀ ਜੇਕਰ ਆਪਾਂ ਐਡ ਸਪੇਸ ਆਫਟਰ ਪੈਰਾਗ੍ਰਾਫ ਤੋਂ ਬਾਅਦ ਸਪੇਸ ਦੇਣੀ ਹੈ ਕਿਉਂ ਠੀਕ ਹੈ ਜੇ ਆਪਾਂ ਅਲਾਈਨਮੈਂਟ ਕਰਨੀ ਹੈ ਰਾਈਟ ਪਾਸੇ ਤੋਂ ਕੰਟਰੋਲ ਆਰ ਜੇ ਲੈਫਟ ਤੋਂ ਕਰਨੀ ਹੈ ਕੰਟਰੋਲ ਐਲ ਕੰਟਰੋਲ ਇਸ ਤੋਂ ਆਪਾਂ ਕੋਈ ਵੀ ਚੀਜ਼ ਸੇਵ ਐਸ ਕਰ ਸਕਦੇ ਆਂ ਦੇਖੋ ਸੇਵ ਅਤੇ ਸੇਵ ਐਸ ਦੇ ਵਿੱਚ ਕੀ ਫਰਕ ਹੁੰਦਾ ਹੈ ਜੀ ਸਮਝੋ ਸੇਵ ਐਸ ਦੇ ਨਾਲ ਤਾਂ ਚੀਜ਼ ਡਾਇਰੈਕਟ ਹੀ ਸੇਵ ਹੋ ਜਾਊਗੀ ਤੇ ਸੇਵ ਐਸ ਦੇ ਨਾਲ ਆਪਾਂ ਨੂੰ ਚੀਜ਼ ਕੀ ਭਾਲੂਗੀ ਲੋਕੇਸ਼ਨ ਭਾਲੂਗੀ ਗੱਲ ਯਾਦ ਰੱਖਣੀ ਹੈ ਠੀਕ ਹੈ ਸੇਵ ਐਸ ਦੇ ਵਿੱਚ ਆਪਾਂ ਨੂੰ ਲੋਕੇਸ਼ਨ ਭਾਲੂਗੀ ਭਾਈ ਤੁਸੀਂ ਫਾਈਲ ਦਾ ਪੀਡੀਐਫ ਬਣਾਉਣਾ ਹੈ ਫਾਈਲ ਦਾ ਡਾਕੂਮੈਂਟ ਬਣਾਉਣਾ ਕੀ ਬਣਾਉਣਾ ਹੈ ਸੇਵ ਐਸ ਦੇ ਵਿੱਚ ਆਪਣਾ ਲੋਕੇਸ਼ਨ ਮੰਗੂਗਾ ਸੇਵ ਐਸ ਆਪਣਾ ਡਾਇਰੈਕਟਰੀ ਸੇਵ ਹੋ ਜੂਗੀ ਚੀਜ਼ ਠੀਕ ਹੈ ਜੂ ਤੋਂ ਅੰਡਰਲਾਈਨ ਬੀ ਤੋਂ ਕੋਈ ਵੀ ਚੀਜ਼ ਪੇਸਟ ਕਰਨੀ ਹੈ ਮਤਲਬ ਆਹ ਚੀਜ਼ ਇੱਥੇ ਪਈ ਹੈ ਆਹ ਬਵਾਈ ਇੱਥੇ ਲਿਖਿਆ ਪਿਆ ਇਹ ਚੱਕ ਕੇ ਮੈਂ ਕਿਸੇ ਹੋਰ ਫੋਲਡਰ ਦੇ ਵਿੱਚ ਲੈ ਕੇ ਜਾਣਾ ਨੂੰ ਮੈਂ ਕਾਪੀ ਕਰੂਗਾ ਪਹਿਲਾਂ ਫਿਰ ਪੇਸਟ ਕਰੂਗਾ ਠੀਕ ਹੈ ਡਬਲਯੂ ਤੋਂ ਕੀ ਹੁੰਦਾ ਇਹ ਤੋਂ ਹੋ ਜਾਂਦਾ ਵਿੰਡੋ ਕਲੋਜ਼ ਹੋ ਜਾਂਦੀ ਹੈ ਡਬਲਯੂ ਤੋਂ ਐਕਸ ਤੋਂ ਐਕਸ ਤੋਂ ਮਤਲਬ ਕਾਟੀ ਕਾਟੀ ਦਾ ਮਤਲਬ ਤਾਂ ਕੱਟਣਾ ਤਾਂ ਕੰਟਰੋਲ ਐਕਸ ਤੋਂ ਆਪਣੀ ਕੋਈ ਵੀ ਚੀਜ਼ ਕੱਟ ਸਕਦੇ ਆ ਬਾਈ ਆਪਰ ਕਹਿੰਦੇ ਨੇ ਬਾਈ ਰੀਡ ਕਰ ਲਾ ਬਾਈ ਸਟੱਡੀ ਕਰ ਲਾ ਰੀਡ ਕਰ ਲਾ ਬਾਈ ਕੁਝ ਤਾਂ ਇਹ ਤੋਂ ਚਾਰ ਕਰ ਲਓ ਟ੍ਰਿਕ ਨਾਲ ਕੀ ਕੰਟਰੋਲ ਬਾਈ ਤੋਂ ਆਪਾਂ ਬਾਈ ਰੀਡ ਕਰ ਲਾ ਠੀਕ ਹੈ ਰੀਡੋ ਰਿਪੀਟ ਲਾਸਟ ਐਕਸ਼ਨ ਹੋ ਜਾਂਦਾ ਇਹ ਤੋਂ ਜਿਹੜਾ ਕੋਈ ਲਾਸਟ ਐਕਸ਼ਨ ਆ ਰਿਪੀਟ ਕੀਤਾ ਮਤਲਬ ਜਿਵੇਂ ਆਪਾਂ ਜੀ ਲਿਖਤਾ ਜੀ ਏ ਏ ਪੀ ਪਾਤਾ ਇੱਥੇ ਠੀਕ ਹੈ ਬਾਅਦ ਵਿੱਚ ਪਹਿਲਾਂ ਮੈਂ ਪੀ ਪਾਤਾ ਬਾਅਦ ਵਿੱਚ ਅੱਗੇ ਨਾ ਗਿਆ ਬਾਅਦ ਵਿੱਚ ਮੈਨੂੰ ਆਏ ਹੋ ਗਿਆ ਮੈਂ ਪੀ ਕੱਟ ਕੇ ਇੱਥੇ ਐਨ ਲਿਖਤਾ ਬਾਅਦ ਵਿੱਚ ਅੱਗੇ ਵਾ ਗਿਆ ਮੈਨੂੰ ਲੱਗਿਆ ਮੈਂ ਕਿ ਇੱਥੇ ਐਨ ਨਹੀਂ ਹੋਣੀ ਸੀ ਤੇ ਪੀ ਹੋਣੀ ਸੀ ਤਾਂ ਕਰਕੇ ਮੈਂ ਕੀ ਕਰੂੰਗਾ ਕੰਟਰੋਲ ਦੇ ਸਾਈਡ ਤੇ ਬਾਈਂਡਪ ਨੂੰ ਦਾ ਆ ਜਿਹੜਾ ਐਨ ਵਾਲਾ ਇਹ ਹੁਣ ਵਾਲਾ ਖ ਡਿਲੀਟ ਉਹ ਤੋਂ ਪਿਛੇ ਲੱਖ ਰਹਿ ਜੂਗਾ ਠੀਕ ਹੈ ਇਹ ਗੱਲ ਯਾਦ ਰੱਖਣੀ ਹੈ ਬਾਈਂਡ ਦਾ ਮਤਲਬ ਹੁੰਦਾ ਰੀਡੋ ਲਾਸਟ ਐਕਸ਼ਨ ਜਿਹੜੀਆਂ ਪਿਛਲੀਆਂ ਪਿਛਲੇ ਚੀਜ਼ਾਂ ਬ ਕਰਕੇ ਮਸਰ ਕਰ ਰਿਪੀਟ ਹੋ ਜਾਣਗੀਆਂ ਜੈਡ ਦਾ ਮਤਲਬ ਹੁੰਦਾ ਅਨਡੋ ਜੰਡੋ ਦਾ ਮਤਲਬ ਹੁੰਦਾ ਅਨਡੋ ਲਾਸਟ ਐਕਸ਼ਨ ਤੋਂ ਪਹਿਲਾਂ ਕਈ ਐਕਸ਼ਨ ਰਿਪੀਟ ਹੋ ਜਾਂਦੇ ਚਾਹੇ ਓਨਲੀ ਲਾਸਟ ਐਕਸ਼ਨ ਰਿਪੀਟ ਹੁੰਦਾ ਹੈਗਾ ਓਕੇ ਮੈਂ ਰਿਪੀਟ ਹੁੰਦਾ ਦੇਖੋ ਮਤਲਬ ਮੈਂ ਲਿਖਦਾ ਦੁਬਾਰਾ ਫੇਰ ਦੱਸਦਾ ਜੀਏ ਜੀਏ ਐਨ ਲਿਖਦਾ ਇਹਦੇ ਡ ਠੀਕ ਹੈ ਇਹ ਦੋ ਵਾਰ ਫਿਰ ਈ ਪਾਤਾ 12:00 ਬਜੇ ਨੂੰ ਲੱਗਿਆ ਸੀ ਕਿ ਨਹੀਂ ਇੱਥੇ ਈ ਪਾਤਾ ਈ ਮੈਂ ਇੱਥੇ ਜਿਹੜਾ ਈ ਪਾਇਮੈਂਟ ਡਿਲੀਟ ਕਰਤਾ ਈ ਇੱਕ ਵਾਰੀ ਇੱਕ ਹੀ ਕਰਤਾ ਮੈਂ ਡਿਲੀਟ ਕਰਤਾ ਤਾਂ ਦੇਖੋ ਮੈਂ ਤੁਹਾਨੂੰ ਕਰਕੇ ਦਿਖਾ ਦਿੰਦਾ ਇੱਕ ਮਿੰਟ ਜੀ ਆ ਨਿਸ਼ਾਨੀ ਨਹੀਂ ਹੈਗੀ ਆ ਨਿਸ਼ਾਨੀ ਦੇਖ ਰਹੀ ਹੈ ਕਿਸੇ ਬੱਚੇ ਨੂੰ ਇਹ ਆ ਜਿੱਥੇ ਨਾ ਆ ਆ ਜਾਈ ਜੀ ਆ ਦੇਖੋ ਮੈਂ ਉੱਤੇ ਪ੍ਰੈਸ ਕੀਤਾ ਹੋਇਆ ਇਹ ਅੰਡੋ ਨਹੀਂ ਨਿਸ਼ਾਨੀ ਹੈਗੀ ਆ ਦੇਖੋ ਇਹ ਅੰਡੋ ਨਹੀਂ ਨਿਸ਼ਾਨੀ ਹੁੰਦੀ ਹੈ ਆ ਦੇਖੋ ਮੈਂ ਜੀ ਐ ਐਨ ਡੀ ਪਾਤਾ ਤਾਂ ਹੁਣ ਮੈਨੂੰ ਰੀਪੀਟ ਪਿੱਛੇ ਲੈ ਕੇ ਜਾਣਾਗਾ ਤਾਂ ਦੇਖ ਤਾ ਗਿਆ ਨਾ ਜਦੋਂ ਇਹ ਤੇ ਕਲਿੱਕ ਕਰਦਾ ਮੈਂ ਇਹ ਰੀਡੋ ਆ ਠੀਕ ਹੈ ਜੇ ਓਨਲੀ ਇੱਕ ਅਖਰੀ ਰਿਪੀਟ ਹੋ ਜਾਂਦਾ ਫਿਰ ਆਪਣਾ ਕੀ ਹੁੰਦਾ ਰੀਡੋ ਹੁੰਦਾ ਇਹ ਗੱਲ ਯਾਦ ਰੱਖਣੀ ਹੈ ਬਸ ਅੱਜ ਆਪਣਾ ਲੈਕਚਰ ਇੰਨੀ ਲੱਗੂਗਾ ਪੁੱਤਰੋ ਇੱਕ ਵਾਰੀ ਫੇਸਬੁਕ 'ਚ ਸਾਰੀ ਡਿਟੇਲ 'ਚ ਸਮਝਾ ਦੰਦਾ ਮੈਂ ਕੀ ਕੁਝ ਪੜਾਇਆ ਤੁਹਾਨੂੰ ਮੈਂ ਇੱਕ ਤਾਂ ਚਾਰੇ ਜਿਹੜੀਆਂ ਨੌਆਂ ਦੀਆਂ ਨੌ ਟਾਈਪਾਂ ਕਰਵਾਵਾਂਗੇ ਮੈਂ ਤਾਂ ਨੌ ਤਾਂ ਸੱਤ ਆ ਉਹਦੇ ਸਾਰੇ ਵਿੱਚ ਦੇਖੋਗੇ ਉਹ ਹੋਵ ਟਾਈਪ ਦੇ ਵਿੱਚ ਕਿਹੜੇ ਫੰਕਸ਼ਨ ਆਉਂਦੇ ਆ ਠੀਕ ਹੈ ਰਿਵਿਊ ਦੇ ਵਿੱਚ ਕਿਹੜੇ ਆਉਂਦੇ ਆ ਸਾਰੇ ਵਿੱਚ ਕੀ ਆਉਂਦਾ ਇੱਕ ਕਰਵਾਇਆ ਸੀ ਤੁਹਾਨੂੰ ਮੈਂ ਹੈਡਰ ਐਂਡ ਫੂਟਰ ਜਿਹੜਾ ਕਿਸੇ ਪੇਜ ਦੇ ਉੱਪਰ ਨੰਬਰ ਲਿਖੇ ਹੋਏ ਹਨ ਸਰਤੇ ਤਾਂ ਉਹ ਹੈਡਰ ਕਹਾਂਗੇ ਆਪਾਂ ਜੇ ਕਿਸੇ ਪੇਜ ਦੇ ਵਿੱਚ ਥੱਲੇ ਅੱਖਰ ਲਿਖੇ ਹੋਣ ਪੈਰਾਂ 'ਚ ਉਹਨਾਂ ਨੂੰ ਫੂਟਰ ਕਹਿੰਦੇ ਨੇ ਐਂਡ ਨੋਟ ਕਿੱਥੇ ਲੱਗਦਾਗਾ ਐਂਡ ਨੋਟ ਲੱਗਦਾ ਪੈਰਾਗ੍ਰਾਫ ਦੇ ਐਂਡ ਦੇ ਵਿੱਚ ਲੱਗਦਾਗਾ ਤੇ ਫੁੱਟ ਨੋਟ ਲੱਗਦਾ ਪੈਰਾਗ੍ਰਾਫ ਜਿੱਥੇ ਸ਼ੁਰੂ ਹੁੰਦਾ ਉੱਥੇ ਲੱਗਦਾ ਫੁੱਟ ਨੋਟ ਠੀਕ ਹੈ ਇੱਕ ਹੁੰਦਾ ਥੀਸਰ ਵਰਕੇ ਗਈ ਸੀ ਆਪਾਂ ਥੀਸਰ ਕਿਸੇ ਵੀ ਸ਼ਬਦ ਦਾ ਆਪਾਂ ਕੀ ਕਰਨਾਗਾ ਅਨਟੋਨੀਅਮ ਸਨੋਨੀਅਮ ਲੱਭਣਾਗਾ ਜਾਂ ਸਪੈਲਿੰਗ ਸੋਨੀਅਮ ਅਨਟੋਨੀਅਮ ਲੱਭਣਾ ਉਹ ਆਪਾਂ ਕਿੱ ਠੀਕ ਹੈ ਇਹ ਗੱਲ ਯਾਦ ਰੱਖਣੀ ਹੈ ਆ ਡੋਸੈਕਸ ਵਾਈਟਰ ਨੂੰ ਕਰਵਾਇਆ ਹੋਇਆ ਇੱਕ ਵਾਰੀ ਫੇਰ ਨਿਗਾਹ ਮਾਰ ਲਓ ਇਹਦੇ ਤੇ ਠੀਕ ਹੈ ਜਿਹੜੇ ਡੋਸੈਕਸ ਜਿੰਨੀਆਂ ਪਹਿਲਾਂ ਮੈਂ ਡੋਸ ਲੱਗਦਾ ਉਹ 2007 ਰੁਪਏ ਪਹਿਲਾਂ ਦੇ ਵਰਜਨ ਜਿਹਦੇ ਮੈਂ ਡੋਸੈਕਸ ਲੱਗਦਾ ਉਹ 2007 ਤੋਂ ਬਾਅਦ ਦਾ ਵਰਜਨ ਹੈਗਾ ਇਹ ਗੱਲ ਯਾਦ ਰੱਖਿਆ ਜਦੋਂ ਵੀ ਆਪਾਂ ਕੋਈ ਚੀਜ਼ ਬਣਾਵਾਂਗੇ ਉਹਦਾ ਨੇਮ ਕੀ ਆਊਗਾ ਉੱਤੇ ਲਿਖਿਆ ਬਾਈ ਡਿਫਾਲਟ ਡਾਕੂਮੈਂਟ ਬਨ ਟਾਈਟਲ ਬਾਅਦ ਉਸ ਦਾ ਕਿਹੜਾ ਹੁੰਦਾਗਾ ਤੇ ਹੋ ਸਕਦਾ ਕੋਈ ਦਸਤਾ ਡੈਕਟਰ ਬਾਅਦ ਦੇਖੋ ਕਲਿੱਕ ਐਕਸੈਸ ਬਾਰ ਦੇ ਵਿੱਚ ਤਿੰਨ ਹੁੰਦੇ ਆ ਅਨਡੋ ਰੀਡੋ ਤੇ ਫਾਈਲ ਆ ਟੂਲ ਬਾਰ ਹੋ ਗਿਆ ਆ ਦੇਖ ਲਓ ਇੱਕ ਵਾਰੀ ਰੋਕ ਕੇ ਵੀਡੀਓ ਹੋਪ ਟਾਈਪ ਦੇ ਵਿੱਚ ਕਲਿੱਪਬੋਰਡ ਫੌਂਟ ਤੇ ਪੈਰਾਗ੍ਰਾਫ ਆ ਜਾਂਦਾ ਇਨਸਰਟ ਟਾਈਪ ਦੇ ਵਿੱਚ ਡ੍ਰੌਪ ਕੈਪ ਡ੍ਰੌਪ ਕੈਪ ਸਭ ਕਰਵਾ ਕੇ ਗਿਆ ਕਿ ਜਿਵੇਂ ਮੈਂ ਲਿਖਦਾ ਜੀ ਇਸ ਤੋਂ ਬਾਅਦ ਟੱਨ ਲੈਣਾ ਨਾਲ ਇੱਕ ਅੱਖਰ ਵੱਡਾ ਹੋ ਗਿਆ ਅਖਬਾਰਾਂ ਦੇ ਵਿੱਚ ਦੇਖਿਆ ਤੁਸੀਂ ਅੰਗਰੇਜ਼ੀ ਦੇ ਵਿੱਚ ਐਸਟਾ ਲਿਖਿਆ ਹੁੰਦਾਗਾ ਇੱਕ ਅੱਖਰ ਵੱਡਾ ਹੁੰਦਾ ਬਾਕੀ ਇੱਕ ਛੋਟੇ ਹੁੰਦੇ ਇਹਦੇ ਬਾਰੇ ਵੀ ਜਿਹੜੀ ਮੇਰੀ ਮੇਰੀ ਚੀਜ਼ ਆ ਕੱਲ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਨਾ ਬਾਰੇ ਆਪਾਂ ਠੀਕ ਹੈ ਪੇਜ ਲੇਆਉਟ ਤੇ ਵਾਟਰਮਾਰਕਸ ਨੂੰ ਦੱਸ ਦਿੱਤਾ ਜਿਹੜਾ ਲਾਇਆ ਹੋਇਆ ਮੈਂ ਥੱਲੇ ਪ੍ਰੀ ਪੰਜਾਬੀ ਲਿਖਾ ਫੁੱਟ ਨੋਟ ਤੁਹਾਨੂੰ ਦੱਸਦਾ ਇੰਡੈਕਸ ਕਿਵੇਂ ਹੁੰਦਾ ਟੇਬਲ ਬਣਾਉਣਾ ਮੇਲ ਮਾਰਜ ਵਿੱਚ ਇੱਕ ਮੇਲ ਭੇਜਣੀ ਬਾਕੀ ਜਣੇ ਨੂੰ ਪ੍ਰੂਫਿੰਗ ਦੇ ਵਿੱਚ ਕੀ ਹੁੰਦਾਗਾ ਸਪੈਲਿੰਗ ਚੈੱਕ ਆ ਜਾਂਦੇ ਤੇ ਨੋਨਿਅਮ ਸੁਣਨੀ ਆ ਜਾਂਦੇ ਵਿਊ ਦੇ ਵਿੱਚ ਡਾਕੂਮੈਂਟ ਵਿਊ ਆ ਜਾਂਦਾ ਤੇ ਆ ਸ਼ਾਰਟਕਟ ਕੀ ਆ ਯਾਦ ਕਰ ਲਓ ਸਾਰੇ ਠੀਕ ਹੈ ਪੁੱਤੋ ਬਹੁਤ ਵਧੀਆ ਤਰੀਕੇ ਨਾਲ ਕਰਵਾਉਂ ਕਾਲੂਗੇ ਤੁਹਾਨੂੰ ਧੰਨਵਾਦ ਵੀ ਦੋਸਤੋ ਜਿਉਂਦੇ ਬਾਦ ਦੇ ਤੋ ਲਾਲੂ ਲੈਕਚਰ ਆ